ਜਰ ਦੇ ਸੂਰਜ ਦੀ ਅੱਖਾਂ ਵਿੱਚ ਅੱਖਾਂ ਪਾ ਨਾਲ دریاਵਾਂ ਰਫਤਾਰ ਜੋ ਹੈ ਮੇਲਦਾ ਕਿਰਤ ਕਰਨਾ ਹੈ ਇਬਾਦਤ ਜਿਸ ਦੀ ਧਰਤੀ ਦਾ ਜਾਇਆ ਹਰ ਵੇਲੇ ਤਰਤ ਨੂੰ ਹੈ ਮੱਥਾ ਟੇਕਦਾ ਸਾਡਾ ਕਿਸਾਨ ਜਿਨ੍ਹਾਂ ਦੇ ਮਨਾਂ ਵਿੱਚ ਨੇ ਕਈ ਸਵਾਲ ਉਹਨਾਂ ਸਵਾਲਾਂ ਦੇ ਹੱਲ ਲੱਭਣ ਦੀ ਫਰਾਂਗ ਵਿੱਚ ਲੱਗਿਆ ਹੈ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਸੋਨਾਲੀ ਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2 ਜਿਸ ਦੇ ਪੇਸ਼ ਕਰਤਾ ਨੇ ਸੋਨਾਲੀ ਕਾ ਸਿਕੰਦਰ ਅਤੇ ਐਸੋਸੀਏਟ ਸਪான்ਸਰ ਨੇ ای ایس ਐਸ ਗਲੋਬਲ ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਨਾ ਜੋ ਕਿ 93 95 92 96 9 ਇਸ ਉੱਤੇ ਤੁਸੀਂ ਮਿਸਟ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਖੇਤੀ ਨਾਲ ਜੁੜੇ ਸਹਾਇਕ ਤੰਦੇ ਤੇ ਸਾਡੇ ਨਾਲ ਗੱਲ ਕਰਨ ਲਈ ਡਾਕਟਰ ਸਤਬੀਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਸਾਹਿਬ ਜੀ ਆਏ ਨੇ ਡਾਕਟਰ ਸਾਹਿਬ ਪਹਿਲਾ ਤੇ ਸਵਾਲ ਜਿਹੜਾ ਹੈ ਉਹ ਇਹ ਹੀ ਬਣਦਾ ਹੈ ਕਿ ਸਹਾਇਕ ਤੰਦੇ ਹੈ ਕਿਹੜੇ ਕਿਹੜੇ ਤੇ ਕਿਵੇਂ ਇਜ਼ਾਫਾ ਕਰਦੇ ਨੇ ਕਿਸਾਨ ਦੀ ਆਮਦਨ ਦੇ ਵਿੱਚ ਨਿਕਲ ਜੀ ਜਿਹੜੀ ਆਪਣੀ ਰਿਵਾਇਤੀ ਖੇਤੀ ਆ ਜਿਹੜੀ ਆਪਾਂ ਹਮੇਸ਼ਾ ਤੋਂ ਕਰਦੇ ਆ ਰਹੇ ਆ ਉਹਦੀ ਕੀ ਹੈ ਕਿਸਾਨੀ ਘਟਦੀ ਜਾ ਰਹੀ ਹੈ ਜ਼ਮੀਨ ਘਟਦੀ ਜਾ ਰਹੀ ਆਪਣੀ ਔਰ ਆਪਣਾ ਘਰ ਦਾ ਖਰਚਾ ਚਲਾਉਣ ਵਾਸਤੇ ਆਪਾਂ ਖੇਤੀ ਦੇ ਨਾਲ ਨਾਲ ਕਿਉਂਕਿ ਜੇ 2 ਕਿੱਲੇ ਬਚੇ 1 ਕਿੱਲਾ ਬਚਿਆ ਉਹਦੇ ਨਾਲ ਨਾਲ ਆਪਾਂ ਕੁਝ ਨਾ ਕੁਝ ਸਹਾਇਕ ਧੰਦੇ ਕਰਨੇ ਜ਼ਰੂਰੀ ਹੋ ਗਏ ਹੁਣ ਕਿਉਂ ਘਰ ਦਾ ਖਰਚਾ ਹੀ ਵੱਧ ਗਿਆ ਪਰ ਜ਼ਮੀਨ ਘਟ ਗਈ ਔਰ ਇਹਦੇ ਨਾਲ ਆਪਾਂ ਜੇ ਸਹਾਇਕ ਧੰਦੇ ਦੀ ਗੱਲ ਕਰੀ ਤਾਂ ਹੈ ਕਿਹੜੇ ਕਿਹੜੇ ਤਾਂ ਪਸ਼ੂ ਪਾਲਣ ਦੀ ਗੱਲ ਕਰੀਏ ਪਸ਼ੂ ਪਾਲਣ ਦੇ ਅੰਦਰ ਸਹਾਇਕ ਧੰਦੇ ਜਿਹੜੇ ਆ ਡੇਰੀ ਆਪਣਾ ਕਰਦੇ ਆ ਡੇਰੀ ਫਾਰਮਿੰਗ ਕਰਦੇ ਆ ਪਸ਼ੂ ਆਪਾਂ ਡੇਰੀ ਪਾਲਦੇ ਆ ਉਦੇ ਨਾਲ ਕੀ ਹੈ ਸੂਰ ਫਾਰਮ ਹੋ ਗਿਆ ਬੱਕਰੀ ਪਾਲਣ ਹੋ ਗਿਆ ਔਰ ਮੱਛੀ ਪਾਲਣ ਹੋ ਗਿਆ ਔਰ ਮੁਰਗੀ ਪਾਲਣ ਹੋ ਗਿਆ ਇਹ ਆਪਾਂ ਇਸ ਤੋਂ ਲੈਂਦੇ ਆ ਦੂਜਾ ਆਪਣਾ ਜੇ ਗੱਲ ਕਰੀਏ ਦੁਖੁੰਮਾ ਦੀ ਵੀ ਕਰ ਸਕਦੇ ਆ ਖੁਦ ਖੁਮਾ ਦੀ ਕਾਸਤ ਕਰ ਸਕਦੇ ਆ ਜਾਂ ਮੱਖੀ ਪਾਲਣਾਂ ਦੀ ਵੀ ਗੱਲ ਕਰ ਸਕਦੇ ਆ ਇਹ ਸਾਇਕ ਦੰਦੇ ਆ ਜੀ ਆਪਣੇ ਤੇ ਡਾਕਟਰ ਸਾਹਿਬ ਇਸ ਪ੍ਰੋਗਰਾਮ ਦੇ ਵਿੱਚ ਕਾਲ ਦੇ ਜ਼ਰੀਏ ਤੇ ਵੀਡੀਓ ਦੇ ਜ਼ਰੀਏ ਸਾਡ ਨਾਲ ਕਿਸਾਨ ਜੁੜਦੇ ਨੇ ਤੇ ਉਹਨਾਂ ਦਾ ਸਵਾਲ ਜਿਹੜਾ ਹੈ ਉਹ ਸੀ ਜਾਣਦੇ ਤੁਹਾਡੇ ਵੱਲੋਂ ਉਸ ਦਾ ਜਵਾਬ ਦਿੱਤਾ ਜਾਂਦਾ ਤੇ ਪਹਿਲੇ ਕਾਲਰ ਜਿਹੜੇ ਨੇ ਉਹ ਸਾਡ ਨਾਲ ਜੁੜ ਗਏ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂ ਜੀ ਕਿਨਾਈ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਤੁਸੀਂ ਮਰਾ ਨਾਮ ਪ੍ਰਦੇਸ਼ ਸਿੰਘ ਆ ਜੀ ਪਿੰਡ ਸਿੱਧੂ ਜ਼ਿਲ੍ਹਾ ਪਟਿਆਲਾ ਜੀ ਬਲਦੇਵ ਜੀ ਸਾਡੇ ਡਾਕਟਰ ਸਤਵੀਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤੁਸੀਂ ਆਪਣੇ ਸਵਾਲ ਪੁੱਛੋ ਸਾਹਬ ਜੀ ਡੇਰੀ ਫਾਰਮ ਬਾਰੇ ਅਸੀਂ ਮਤਲਬ 6 ਗਣੀਆਂ ਤੇ 4 ਮੱਝ ਰੱਖੇ ਸੀ ਹਾਂਜੀ ਹਾਂਜੀ ਤੇ ਸਰ ਸਾਨੂੰ ਕੋਈ ਐਡਾ ਪ੍ਰੋਫਿਟ ਨਹੀਂ ਮਿਲਿਆ ਸਾਨੂੰ ਲੋਸ ਤੇ ਗਿਆ ਜੀ ਲੋਸ ਕਿਸ ਕਾਰਨ ਲੱਗਿਆ ਜੀ ਹਾਂਜੀ ਕਿ ਰੇਟ ਨਹੀਂ ਮਿਲਿਆ ਕਿ ਕੀ ਹੋਇਆ ਚੱਕਰ ਕੀ ਹੋਇਆ ਇੱਕ ਤਾਂ ਸਰ ਰੇਟ ਨਹੀਂ ਮਿਲਦਾ ਜੀ ਦੁੱਧਾ ਜੀ ਹਾਂਜੀ ਤੇ ਦੂਜੀ ਸਮੱਸਿਆ ਸਰ ਸੁਖਵੀਰ ਜੀ ਆਪਣਾ ਫੀਡ ਬੜੀ ਮਹਿੰਗੀ ਆ ਜੀ ਹਾਂਜੀ ਦਾਣਾ ਜੋ ਵੀ ਉਹਨਾਂ ਦਾ ਡਬੜੇ ਮਾਂ ਜੀ ਹਾਂਜੀ 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 ਉਹ ਬੜਾ ਮਹਿੰਗਾ ਜੀ ਤੇ ਪਸ਼ੂਆਂ ਦੇ ਜੇ ਮੈਡੀਸਨ ਵਗੈਰਾ ਦਵਾਈਆਂ ਦਵਾਉਣੀਆਂ ਪੈਂਦੀਆਂ ਉਹ ਉਹਨਾਂ ਦਾ ਬੜੀ ਸਮੱਸਿਆ ਆ ਜੀ ਸੁਖਵੀਰ ਜੀ ਚਲੋ ਬਲਦੇਓ ਜੀ ਮੈਂ ਤੁਹਾਡੇ ਜਵਾਬ ਦਿੰਦਾ ਮੈਂ ਡੇਰੀ ਦੇ ਅੰਦਰ ਕੀ ਆ ਜੀ ਕਿ ਅੱਜ ਦੇ ਦਿਨ ਜਿਹੜਾ ਦੁੱਧ ਦਾ ਰੇਟ ਆਪਾਂ ਕਹਿ ਲਈਏ ਇੰਨਾ ਜ਼ਿਆਦਾ ਨਹੀਂ ਹੈ ਵਦਿਆ ਜਿਸ ਹੱਬ ਤੋਂ ਆਪਾਂ ਜਿਹੜਾ ਅਨਾਜ ਹੈ ਉਹ ਫੀਡ ਹੈ ਜਿਹੜੀ ਉਹਦਾ ਰੇਟ ਵਧਿਆ ਹੈ। ਤੋਂ ਆਪਾਂ ਜੇ ਮੈਨੇਜਮੈਂਟ ਆਪਣੀ ਵਧੀਆ ਰੱਖਾਂਗੇ। ਮੈਨੇਜਮੈਂਟ ਦੇ ਕਹਿਣ ਦਾ ਪਾਵ ਹੈ ਕਿ ਆਪਾਂ ਜਿਹੜੇ ਪਸ਼ੂ ਰੱਖਿਆ ਆਪਾਂ। ਉਹਨਾਂ ਦੇ ਅੰਦਰ ਮੈਨੇਜਮੈਂਟ ਦੇ ਸੁਧਾਰ ਕਰਾਂਗੇ ਤੋਂ ਆਪਾਂ ਖਰਚਾ ਘਟਾ ਲਾ ਕੇ ਆਉਣ ਦਣ ਇਕਤਾ ਕਰਨੀ ਵੱਧ। ਦੂਜਾ ਜਿਹੜਾ ਦੁੱਧ ਪੈਦਾ ਕਰਿਆ ਉਹ ਆਪਾਂ ਜਾਂ ਤੋਂ ਵੈਲਿਊ ਐਡੀਸ਼ਨ ਕਰ ਸਕਦੇ ਆਪਾਂ। ਵੀ ਉਹਦਾ ਦੁੱਧ ਦਾ ਦੁੱਧ ਪੈਕਿੰਗ ਕਰਕੇ ਜਾਂ ਦੁੱਧ ਦਾ ਪਨੀਰ ਬਣਾ ਕੇ ਲੱਸੀ ਬਣਾ ਕੇ ਇਸ ਤਰ੍ਹਾਂ ਪ੍ਰੋਡਕਟ ਬਣਾ ਕੇ ਉਹ ਹਰੇਕ ਜ਼ਿੰ ਉਹਦੇ ਅੰਦਰ ਦੂਜਾ ਕੀ ਕਰ ਸਕਦੇ ਆ ਕਿ ਜਿਵੇਂ ਤੁਸੀਂ ਪਟਿਆਲੇ ਦਿਓ ਤੋ ਪਟਿਆਲੇ ਨੇੜੇ ਜਿਹੜਾ ਪਿੰਡ ਤੁਹਾਡਾ ਉਧਰੋਂ ਤੁਸੀਂ ਉਹਦੀ ਮਾਰਕੀਟਿੰਗ ਖੁਦ ਸ਼ਹਿਰ ਚ ਜਾਇ ਕਰ ਸਕਦੇ ਹੋ ਯਾਨੀ ਦੁੱਧ ਆਪਾਂ ਜੇ ਜਿਵੇਂ ਛੋਟਾ ਆਤੀ ਹੁੰਦਾ ਕੋਈ ਛੋਟਾ ਸਾਧਨ ਲੈ ਕੇ ਉਹਦੇ ਅੰਦਰ ਮਾਰਕੀਟਿੰਗ ਘਰ ਘਰ ਆਪਾਂ ਖੁਦ ਕਰਾਂਗੇ ਜਾਇ ਵੇਚਾਂਗੇ ਤੋ ਜਿਹੜਾ ਦੁੱਧ ਤੁਹਾਡਾ ਅੱਜ 25 ਰੁਪਏ 30 ਰੁਪਏ ਲੀਟਰ ਵਿਕ ਰਿਹਾ ਹੈ ਉਹੀ ਤੁਹਾਡਾ ਉਧਰ ਜਾਗੇ ਉਸ ਤੋਂ 10 ਰੁਪਏ 12 ਰੁਪਏ ਰੇਟ ਜਾ ਲੱਗਣਾ ਜਦ ਕਿ ਇਹਦੇ ਉੱਪਰ ਖਰਚਾ ਵੀ ਬਹੁਤ ਘੱਟ ਲੱਗਣਾ ਹੈ ਦੂਜੀ ਗੱਲ ਹੈ ਕਿ ਇਹਦੇ ਅੰਦਰ ਮੈਨੇਜਮੈਂ ਕੱਲਾ ਫੀਡ ਦੇ ਉੱਪਰ ਹੀ ਆਪਣਾ ਪਸ਼ੂਆ ਦੇ ਅੰਦਰ 70% ਖਰਚਾ ਲੱਗਦਾ ਹੈ ਸਾਲ ਦਾ ਜਿਹੜਾ ਟੋਟਲ ਖਰਚਾ ਲੱਗਦਾ ਹੈ ਉਹ ਆਪਾਂ ਕਿਵੇਂ ਘਟਾ ਸਕਦੇ ਆ ਉਹਦੇ ਅੰਦਰ ਇੱਕ ਤਾਂ ਇਹ ਹੈ ਕਿ ਜਿਹੜਾ ਤੁਸੀਂ ਫੀਡ ਦੇ ਉੱਪਰ ਗੱਲ ਕਰੀਏ ਫੀਡ ਮਹਿੰਗਾ ਹੋ ਗਿਆ ਤਾਂ ਫੀਡ ਦੀ ਲਾਗਤ ਆਪਾਂ ਘਟਾ ਸਕਦੇ ਆ ਉਹਦਾ ਇਸ ਕਰਕੇ ਕਿ ਆਪਾਂ ਆਚਾਰ ਬਣਾ ਲਈਏ ਹਰੇ-ਚਾਰੇ ਦਾ ਜਦੋਂ ਵੀ ਆਪਣਾ ਹੁਣ ਪਿਛਲਾ ਸੀਜ਼ਨ ਸੀ ਕਣਕ ਦੀ ਵਾਢੀ ਦੇ ਬਾਅਦ ਮੱਕੀ ਦੀ ਵਿਜਾਈ ਕਰੋ ਮੱਕੀ ਦੀ ਵਿਜਾਈ ਕਰਨ ਦੇ ਬਾਅਦ ਤੁਸੀਂ ਉਹਦਾ ਆਚਾਰ ਬਣਾ ਲਿਓ ਔਰ ਆਚਾਰ ਪਾਓਗੇ ਤਾਂ ਉਹਦੇ ਅੰਦਰ ਕੀ ਫੀਡ ਦੀ ਲਾਗਤ ਘਟ ਜੇਗੀ ਔਰ ਕਹਿੰਦੇ ਹੋ ਬਿਮਾਰੀਆਂ ਦਵਾਈਆਂ ਜਿਹੜੀ ਮਹ ਬਿਮਾਰੀਆਂ ਦੇ ਅੰਦਰ ਇਹ ਹੈ ਕਿ ਜਿਹੜੀ ਤੁਹਾਡੇ ਪਸ਼ੂਆਂ ਦੇ ਅੰਦਰ ਖੁੱਲੀ ਬਣਾਈ ਹੋਈ ਹੈ ਇੱਕ ਤਾਂ ਉਹਦੀ ਬਣਤਰ ਜਿਹੜੀ ਹੈ ਆਪਣੀ ਕੀ ਹੈ ਚੋਰਸ ਹੁੰਦੀ ਹੈ ਖੁੱਲੀ ਉਹਦੀ ਯੂ ਸ਼ੇਪ ਕਰ ਲਿਓ ਤਾਂ ਕਿ ਉਹ ਖੁੱਲੀ ਦੇ ਅੰਦਰ ਕੋਈ ਬਿਮਾਰੀ ਨਾ ਲੱਗੇ ਕਿਉਂਕਿ ਬਿਮਾਰੀ ਤੁਸੀਂ ਹੁਣ ਦੇਖਿਆ ਹੋਣਾ ਵਾਰਿਸ਼ ਦਾ ਮੌਸਮ ਆ ਉਹਦੇ ਅੰਦਰ ਜੇ ਖੁੰਝੇ ਰਹੇ ਜਿਹੜੇ ਹੈ ਸਾਫ਼ ਨਹੀਂ ਕਰਪੰਦਾ ਪਸ਼ੂ ਉਹਦੇ ਅੰਦਰ ਸੁੰਡ ਨਿਕਲਨੇ ਆ ਉਹ ਬਿਮਾਰੀ ਆਪਣੇ ਪਸ਼ੂਆਂ ਦੇ ਅੰਦਰ ਹੀ ਜਾਂਦੀ ਹੈ ਦੂਜਾ ਛਾਲਾਂ ਦੇ ਅੰਦਰ ਜਿਹੜਾ ਬਾਰਿਸ਼ ਆਪਣਾ ਠੰਡ ਹੁੰਦੀ ਹੈ ਉਸ ਟਾਈਮ ਵੀ ਪਾਣੀ ਜੰਮ ਜਾਂਦਾ ਹੈ ਠੰਡ ਕਰਕੇ ਉਹ ਵੀ ਆਪਣਾ ਬਿਮਾਰੀ ਦਾ ਇੱਕ ਕਾਰਨ ਹੈ ਤਾਂ ਉਹ ਆਪਾਂ ਖੁੱਲੀ ਤਾਂ ਕਿ ਉਹਦੇ ਅੰਦਰ ਕੋਈ ਬਿਮਾਰੀ ਨਾ ਲੱਗੇ ਔਰ ਜਿਹੜੇ ਆਪਾਂ ਪੇਟ ਦੇ ਕੀੜੇ ਆ ਜਾਂ ਮੱਖੀ ਮੱਛਰ ਜਿਹੜੇ ਆ ਉਹਨਾਂ ਦੀ ਪ੍ਰੋਪਰ ਰੋਕਥਾਮ ਕਰਕੇ ਰੱਖੋ ਤਾਂ ਕਿ ਉਹਨਾਂ ਦੇ ਅੰਦਰ ਕੋਈ ਬਿਮਾਰੀ ਆਏ ਨਾ ਕਿਉਂਕਿ ਜੇ ਤੁਹਾਡੇ ਪਸ਼ੂਆਂ ਦੇ ਉੱਪਰ ਮੱਖੀ ਮੱਛਰ ਲੱਗੇ ਹੋਏ ਆ ਪੇਟ ਦੇ ਕੀੜੇ ਵੀ ਲੱਗੇ ਹੋਏ ਆ ਤਾਂ ਜਿੰਨਾ ਤੁਹਾਡਾ ਬਿਮਾਰੀਆਂ ਲੱਗ ਰਹੀ ਹੈ ਜਿੰਨਾ ਤੁਸੀਂ ਖਿਲਾਂਦੇ ਹੋ ਉਹ ਬਿਮਾਰੀਆਂ ਜਿਹੜੀ ਇਹ ਆ ਇਹ 70% ਤਾਂ ਇਹ ਹੀ ਖਾ ਜਾਂਦੀ ਹੈ ਤੇ ਇਸ ਕਰਕੇ ਆਪਣਾ ਜਿਹੜਾ ਖਰਚਾ ਲੱਗ ਰਿਹਾ ਉਹਦਾ ਆਪਾਂ ਨੂੰ ਪੂਰਾ ਕੁਝ ਨਹੀਂ ਮਿਲਦਾ ਜੀ ਤੇ ਬਲਦੇਵ ਜੀ ਡਾਕਟਰ ਸਾਹਿਬ ਨੇ ਬਹੁਤ ਵਿਸਤਾਰਪੂਰਵਕ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈ ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਮਾਰਕੀਟਿੰਗ ਤੇ ਮੈਨੇਜਮੈਂਟ ਉਸ ਦਾ ਖਾਸ ਤੌਰ ਤੇ ਜ਼ਰੂਰ ਤੁਸੀਂ ਧਿਆਨ ਰੱਖੋ ਤੇ ਮੈਨੂੰ ਲੱਗਦਾ ਹੈ ਤੁਹਾਡੇ ਜਿਹਨੇ ਵੀ ਸਵਾਲ ਉਸ ਦਾ ਹੱਲ ਜਿਹੜਾ ਹੈ ਜਿਹੜੀ ਮੁਸ਼ਕਲ ਹੈ ਉਹਦਾ ਨਿਕਲ ਆਏਗਾ ਤੇ ਡਾਕਟਰ ਸਾਹਿਬ ਹੁਣ ਵੀਡੀਓ ਦੇ ਜ਼ਰੀਏ ਕਿਸਾਨ ਨੇ ਜੋ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਆ ਮੈਂ ਜੋ ਕਿ ਸਹਾਇਕ ਧੰਦਾ ਪੋਲਟਰੀ ਦਾ ਕਰਦਾ ਹਾਂ ਇਹਦੇ ਵਿੱਚ ਸਾਨੂੰ ਡਾਕਟਰ ਸਾਹਿਬ ਜੋ ਦਿੱਕਤਾਂ ਨੇ ਆਗੀਆਂ ਬਿਮਾਰੀਆਂ ਦੀਆਂ ਜਿਵੇਂ ਵਾਇਰ ਲਗਾ ਇਦੀਆਂ ਸਾਨੂੰ ਕਾਫੀ ਸਮੱਸਿਆ ਆ ਰਹੀਆਂ ਨੇ ਜੋ ਵੀ ਅਸੀਂ ਦਵਾਈਆਂ ਨੇ ਦੀ ਯੂਜ਼ ਕਰਦੇ ਆਂਗੇ ਸਾਨੂੰ ਉਹਦਾ ਕੋਈ ਵਧੀਆ ਰਿਜ਼ਲਟ ਨਹੀਂ ਮਿਲਦਾਗਾ ਇਹਦੇ ਵਾਸਤੇ ਸਾਨੂੰ ਕੋਈ ਚੰਗੀ ਦਵਾਈਆਂ ਦੇ ਬਾਰੇ ਦੱਸਿਆ ਜਾਵੇ ਦੂਜੀ ਗੱਲ ਜੋ ਬਾੜ ਤੇ ਕਿਲੋ ਪਰ ਕਿਲੋ ਤੇ ਖਰਚਾ ਆਉਂਦਾਗਾ ਉਹ 70 ਤੋਂ 75 ਰੁਪਏ ਸਾਨੂੰ ਜੋ ਫਾਰਮਰ ਨੂੰ ਕਾਸਟ ਕਰ ਰਿਹਾ ਜੋ ਕਿ ਇਸ ਵਾਰ ਅਨਾਜ ਦੇ ਰੇਟ ਜਿਆਦਾ ਉੱਪਰ ਹੋਣ ਕਰਕੇ ਸਾਨੂੰ ਇਹਦੇ ਵਿੱਚੋਂ ਇਹ ਮੰਨ ਕੇ ਚੱਲੋ ਵੀ ਤੁਸੀਂ ਅੱਜ ਜੋ ਰੇਟ ਹੈਗੇ ਨੇ ਬਿਲਲਰ ਦੇ ਉਹ 50 52 ਰੁਪਏ ਕਿਲੋ ਦਾ ਰੇਟ ਹੈਗਾ ਸਾਨੂੰ 15 ਤੋਂ 20 ਰੁਪਏ ਕਿਲੋ ਪਰ ਅ ਘਾਟਾ ਚੱਲਣਾ ਪੈ ਰਿਹਾਗਾ ਵੀ ਇਹਦੀ ਜੋ ਅਸੀਂ ਸੇਲ ਕਰੀਏ ਸਾਨੂੰ ਚੰਗਾ ਮਾਫਾ ਹੋਵੇ ਉਹਦੇ ਵਾਸਤੇ ਸਾਨੂੰ ਡਾਕਟਰ ਸਾਹਿਬ ਕੀ ਕਰਨਾ ਚਾਹੀਦਾ ਇਹਦੇ ਅੰਦਰ ਕੀ ਜੀ ਮੁਰਗੀ ਫਾਰਮ ਦੇ ਅੰਦਰ ਜਿਹੜਾ ਤੁਸੀਂ ਕੱਲ ਕਰੀ ਬਰੋਇਲਰ ਦੀ ਬਰੋਇਲਰ ਦੇ ਅੰਦਰ ਕੀ ਹੈ ਪਹਿਲੀ ਤਾਂ ਇਹ ਗੱਲ ਕਰੀਏ ਬਿਮਾਰੀਆਂ ਦੀ ਗੱਲ ਕਰਦੇ ਆਂ ਤਾਂ ਵੈਕਸੀਨੇਸ਼ਨ ਸ਼ੈਡਿਊਲ ਜਿਹੜਾ ਤੁਹਾਨੂੰ ਦਿੱਤਾ ਹੋਣਾ ਜਦੋਂ ਤੁਸੀਂ ਸ਼ੁਰੂ ਕੀਤਾ ਹੋਣਾ ਜਾਂ ਟ੍ਰੇਨਿੰਗ ਲਈ ਹੋਣੀ ਹੈ ਜਿਹੜਾ ਵੈਕਸੀਨੇਸ਼ਨ ਸ਼ੈਡਿਊਲ ਹੈ ਉਹ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਵੈਕਸੀਨੇਸ਼ਨ ਦੇ ਫੋਲੋ ਕਰ ਰਹੇ ਹੋ ਤਾਂ ਤੁਹਾਡੇ ਮੈਡੀਸਨ ਦੀ ਔਰ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਿਮਾਰੀ ਜਿਹੜੀ ਹੈ ਆਪਣੇ ਆਣੀ ਹੈ ਜਿਹੜੇ ਵੈਕਸੀਨੇਸ਼ਨ ਕਰਦੇ ਆ ਉਹ ਖਤਰਨਾਕ ਬਿਮਾਰੀਆਂ ਵਾਸਤੇ ਕਰਦੇ ਆ ਤਾਂ ਕਿ ਬਿਮਾਰੀ ਨਾ ਆਏ ਠੀਕ ਹੈ ਜੀ ਤਾਂ ਉਹਦੇ ਵਾਸਤੇ ਕੀ ਹੈ ਜੀ ਕਿ ਆਪਾਂ ਬਿਮਾਰੀ ਜਿਹੜੀ ਹੈ ਪਹਿਲੀ ਬਿਮਾਰੀ ਆਪਣੇ ਜਿਹੜੇ ਹੈ ਚਰੀ ਤੋਂ ਚੂਚਾ ਨਿਕਲਦਾ ਹੈ ਉਸ ਟਾਈਮ ਟੀਕਾ ਲੱਗਿਆ ਹੁੰਦਾ ਪਹਿਲੇ ਦਿਨ ਹੀ ਲੱਗ ਜਾਂਦਾ ਹੈ ਮੈਰੀਕਸ ਨਾਮ ਦਾ ਟੀਕਾ ਹੁੰਦਾ ਉਹ ਲੱਗਿਆ ਹੁੰਦਾ ਦੂਜਾ ਟੀਕਾ ਤੁਸੀਂ ਜਦੋਂ ਚੂਚਾ ਆਪਣੇ ਫਾਰਮ ਤੇ ਲੈ ਜਾਓਗੇ ਉਹ ਚੌਥੇ ਤੋਂ 10ਵੇਂ ਦਿਨ ਆਪਣੇ ਟੀਕਾ ਰਾਣੀ ਖੇਤ ਦਾ ਜੀ ਫੇਰ ਆਪਣੇ 15ਵੇਂ ਤੋਂ ਲੈ ਕੇ 20ਵੇਂ ਦਿਨ ਤੱਕ ਕਰ ਲਿਓ ਇਹ ਲੱਗਣਾ ਹੈ ਜੀ ਗੁੰਬੋਰੋ ਦਾ ਠੀਕ ਹੈ ਜੀ ਉਹਦੇ ਬਾਅਦ ਚੌਥਾ ਟਿੱਕਾ ਜਿਹੜਾ ਉਹ ਨਬਰੋਦਰ ਦੇ ਅੰਦਰ ਲੱਗਣਾ ਹੈ ਉਹ ਰਾਣੀ ਖੇਤ ਦਾ ਹੀ ਲੱਗਣਾ ਹੈ ਉਹ 35 ਦਿਨਾਂ ਦੇ ਤੇ ਲੈ ਕੇ 38 ਦਿਨਾਂ ਤੱਕ ਲੱਗਣਾ ਹੈ ਬੂਸਟਰ ਡੋਜ਼ ਹੁੰਦੀ ਹੈ ਰਾਣੀ ਖੇਤ ਵਾਸਤੇ ਹੀ ਐਫਨ ਸਟ੍ਰੇਨ ਹੁੰਦੀ ਜਿਹੜੀ ਉਹ ਲਾਣਾ ਇਹ ਚਾਰ ਟਿੱਕੇ ਤੁਸੀਂ ਲਾ ਲਿਓ ਤੁਹਾਡੇ ਫਾਰਮ ਦੇ ਉੱਪਰ ਬਿਮਾਰੀ ਆਣੀ ਨਹੀਂ ਹੁਣ ਦੂਜੀ ਬਿਮਾਰੀ ਕਿਹੜੀ ਆ ਸਕਦੀ ਹੈ ਬਿਮਾਰੀ ਕੋਈ ਵੀ ਆ ਸਕਦੀ ਹੈ ਜੇ ਤੁਹਾਡਾ ਫਰ ਜਿਹੜਾ ਲੀਟਰ ਜਿਹੜਾ ਵਿਛਾ ਰੱਖਿਆ ਤੁਸੀਂ ਉਹ ਜੇ ਗਿੱਲਾ ਰਹਿੰਦਾ ਹੈ ਤਾਂ ਉਹਦੇ ਵਾਸਤੇ ਤੁਸੀਂ 1 ਲੀਟਰ ਪਹਿਲਾਂ ਜ਼ਰੂਰ ਪਿਚਾਓ ਉਹਦੇ ਅੰਦਰ ਤੰਗਲੀਆਂ ਫੇਰ ਦਿਓ ਤਾਂ ਕਿ ਉਹ ਗਿੱਲਾ ਨਾ ਰਹੇ ਦੂਜਾ ਜਿਹੜਾ ਫੀਡ ਖਿਲਾਉਂਦੇ ਹੋ ਉਹ ਫੀਡ ਦੀ ਕੁਆਲਿਟੀ ਵਧੀਆ ਹੋਵੇ ਉਹਦੇ ਉੱਲੀ ਨਾ ਲੱਗੀ ਹੋਵੇ ਜੇ ਉੱਲੀ ਤੁਹਾਨੂੰ ਲੱਗਦਾ ਵੀ ਕਾਲੀ ਜਾਂ ਚਿੱਟੇ ਰੰਗ ਦੀ ਕੋਈ ਉੱਲੀ ਲੱਗ ਰਹੀ ਹੈ ਉਹ ਫੀਡ ਆਪਾਂ ਨਹੀਂ ਖਿਲਾਣਾ ਕਿਉਂਕਿ ਸੋਰਸ ਤੁਹਾਡੇ ਕੋਲ ਮੁਰਗੀਆਂ ਦੇ ਦੋ ਹੀ ਨੇ ਜਾਂ ਪਾਣੀ ਹੈ ਗਿੱਲਾ ਹੋ ਰਿਹਾ ਤਾਂ ਉਹ ਜਾਂ ਫੀਡ ਹੈ ਇਹ ਪਾਣੀ ਦੀ ਕੁਆਲਿਟੀ ਔਰ ਫੀਡ ਦੀ ਕੁਆਲਿਟੀ ਸੁਧਾਰ ਲਿਓ ਤੁਹਾਡੀ ਬਿਮਾਰੀ ਕੋਈ ਨਹੀਂ ਆਣੀ ਜੀ ਦੂਜੀ ਗੱਲ ਤੁਸੀਂ ਕੀਤੀ ਹੈ ਮਾਰਕੀਟਿੰਗ ਦੀ ਮਾਰਕੀਟਿੰਗ ਕਿਉਂਕਿ ਇੱਕ ਤਾਂ ਰ ਇਹ ਪੂਰੇ ਨੈਸ਼ਨਲ ਲੈਵਲ ਦਾ ਰੇਟ ਚੱਲਦਾ ਹੈ ਔਰ ਹਮੇਸ਼ਾ ਫਲਕਚੂਏਟ ਕਰਦਾ ਹੈ 50 ਰੁਪਏ ਰਹਿੰਦਾ ਹੈ ਕਦੇ 150 ਵੀ ਹੋ ਜਾਂਦਾ ਹੈ ਯਾਨੀ ਰਿਸਕ ਜਿਹੜਾ ਹੈ ਇਹ ਰੇਟ ਦੇ ਅੰਦਰ ਬੋਧ ਹੈ ਪਰ ਆਪਾਂ ਆਪਣੀ ਲਾਗਤ ਘਟਾ ਕੇ ਔਰ ਇਹਦੇ ਅੰਦਰ ਆਪਾਂ ਮੁਨਾਫਾ ਕਰ ਸਕਦੇ ਹਾਂ ਤੋਂ ਜੇ ਆਪਾਂ ਇਹਦੀ ਸਾਰੀਕ ਰਿਕੁਆਇਰਮੈਂਟ ਦੀ ਗੱਲ ਕਰੀਏ ਚੂਚੇ ਦੀ ਤੋਂ ਉਹਦੇ ਅੰਦਰ ਕੀ ਹੈ ਜੀ ਕਿ ਆਪਾਂ 2 ਕਿਲੋ ਜਿਹੜਾ ਜੇ ਆਪਾਂ ਫੀਡ ਖਿਲਾਵਾਂਗੇ ਤੋਂ 1 ਕਿਲੋ ਵਜ਼ਨ ਵਧਣਾ ਚਾਹੀਦਾ ਉਹਦਾ ਪਰ ਅੱਜਕਲ ਜਿਹੜੇ ਚੂਚੇ ਕੰਪਨੀਆਂ ਦੇ ਲਾ ਲਓ ਤੁਸੀਂ ਕੰਪਨੀਆਂ ਚੂਚੇ ਜਿਹੜੇ ਆਏ ਹੋਏ ਆਂ ਉਸ ਸਵਾ ਕਿਲੋ ਤੋਂ ਲੈ ਕੇ ਡੇਢ ਕਿਲੋ ਤੱਕ ਕੀ ਭੀੜ ਖਾਗੇ ਔਰ 1 ਕਿਲੋ ਪੈਦਾ ਕਰ ਦਿੰਦੇ ਆ ਯਾਨੀ ਤੁਸੀਂ ਜਿਹੜੇ ਹੈਚਰੀ ਜਿਹੜੀ ਤੁਸੀਂ ਸਿਲੈਕਟ ਕਰਕੇ ਉਹਦੇ ਚੂਚੇ ਵਧੀਆ ਕੁਆਲਿਟੀ ਦੇ ਲੈ ਕੇ ਆਓ ਤਾਂ ਕਿ ਘਟ ਤੋਂ ਘਟ ਫੀਡ ਖਾਗੇ ਜਿਆਦਾ ਜਿਆਦਾ ਯਾਨੀ ਐਫ ਸੀ ਆਰ ਫੀਡ ਕਨਵਰਜਨ ਰੇਸ਼ਿਓ ਜਿਹੜੀ ਉਹਦੀ ਵਧੀਆ ਹੋਵੇ ਯਾਨੀ ਥੋੜਾ اناਜ ਖਾਗੇ ਔਰ ਵਜ਼ਨ ਜਿਆਦਾ ਬਣਾਏ ਜੀ ਚਾਹੇ ਤੁਸੀਂ ਫੀਡ ਕੰਪਨੀ ਦਾ ਲੈ ਲਿਓ ਔਰ ਚਾਹੇ ਤੁਸੀਂ ਖੁਦ ਬਣਾ ਲਿਓ ਖੁਦ ਬਣਾਓਗੇ ਤਾਂ ਤੁਹਾਡਾ ਕੀ ਹੈ ਉਹਦੇ ਲਾਗਤ ਘਟ ਜੇਗੀ ਤੁਸੀਂ ਆਪਣਾ ਖਰਚਾ ਘਟਾਓ लागत घटाओ ताकि मुनाफा बचे क्योंकि रेट ਤੁਹਾਡੇ ਹੱਥ ਚ ਨਹੀਂ ਹੈ ਕੱਲਾ ਤੁਹਾਡਾ ਜਿਹੜਾ ਲਾਗਤ ਹੈ ਉਹ ਘਟਾ ਸਕਦੇ ਹੋ ਤੁਸੀਂ ਕਰਕੇ ਤੁਸੀਂ ਮੈਨੇਜਮੈਂਟ ਆਪਣੀ ਵਧੀਆ ਕਰੋ ਜੀ ਮੈਨੇਜਮੈਂਟ ਜੇ ਵਧੀਆ ਕਰੋਗੇ ਤਾਂ ਮਾਰਕੀਟਿੰਗ ਦੇ ਅੰਦਰ ਕੋਈ ਦਿੱਕਤ ਨਹੀਂ ਮਾਰਕੀਟ ਜਿਹੜਾ ਮਾਰਕੀਟ ਰੇਟ ਚੱਲ ਰਿਹਾ ਤੁਸੀਂ ਮਿਨੀਮਮ ਲਾਗਤ ਚੱਲੋ ਤਾਂ ਕਿ ਤੁਹਾਨੂੰ ਜਿਹੜਾ ਲਾਗਤ ਘਟਾ ਲਿਓਗੇ ਫਿਰ ਉਹ ਆਪਣਾ ਮੁਨਾਫਾ ਆਪਣੇ ਆਪ ਵੱਜੇਗਾ ਜਿਹੜਾ ਅੱਜ ਤੁਹਾਡਾ 6-7 ਰੁਪਿਆ 10 ਰੁਪਏ ਘਾਟਾ ਚੱਲ ਰਿਹਾ ਉਹ ਮੁਨਾਫਾ ਆਪਣੇ ਆਪ ਹੀ ਬਣ ਜਾਏਗਾ ਚਾਹੇ ਤੁਸੀਂ ਜੇ ਛੋਟੇ ਜ਼ਿੰਮੇਦਾਰ ਹੋ ਤਾਂ ਕੰਪਨੀਆਂ ਜਿਹੜੀ ਤੁਹਾਡੇ ਏਰੀਆ ਚ ਹੈ ਤੁਸੀਂ ਕੰਪਨੀ ਤੋਂ ਕ ਤੁਹਾਡਾ ਖਰਚਾ ਕੋਈ ਨਹੀਂ ਲੱਗਣਾ ਤੁਸੀਂ ਮਾਰਕੀਟ ਦਾ ਕੋਈ ਟੈਨਸ਼ਨ ਨਹੀਂ ਲੈਣਾ ਇਸ ਦੇ ਨਾਲੇ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਜੋ ਸਾਡੇ ਨਾਲ ਜੁੜ ਗਏ ਨੇ ਉਹਨਾਂ ਦਾ ਸਵਾਲ ਕੀ ਉਹ ਜਾਣਦੇ ਆ ਹਾਂਜੀ ਕੀ ਨਾਈ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੋਗਿੰਦਰ ਸਿੰਘ ਬੋਲਦਾ ਹਾਂ ਜੀ ਜਲੰਧਰ ਤੋਂ ਜੀ ਜੋਗਿੰਦਰ ਜੀ ਆਪਣਾ ਸਵਾਲ ਪੁੱਛੋ ਹਾਂ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਕਿ ਮੈਂ ਪਿਗਰੀ ਫਾਰਮ ਖੋਲਣਾ ਚਾਹੁੰਨਾ ਤੇ ਉਸ ਬਾਰੇ ਥੋੜੀ ਜੀ ਜਾਣਕਾਰੀ ਦਿੱਤੀ ਜਾਏ ਕਿਹੜੀ ਨਸਲਾਂ ਵਧੀਆਂ ਹੁੰਦੀਆਂ ਨੇ ਤੇ ਕੀ ਜੇ ਮੈਂ ਪਿਗਰੀ ਫਾਰਮ ਖੋਲਦਾ ਤੇ ਸਰਕਾਰ ਕੋਈ ਸਬਸਿਡੀ ਦਿੰਦੀ ਹੈ ਜਾਂ ਕੋਈ ਮੈਨੂੰ ਲੋਨ ਵਗੈਰਾ ਸਰਕਾਰ ਵੱਲੋਂ ਮਿਲ ਸਕਦਾ ਤੇ ਪੰਜਾਬ ਦੇ ਵਿੱਚ ਪਿਗਰੀ ਫਾਰਮ ਕਿੰਨਾ ਖ ਲਾਹੇਵੰਦ ਤੰਦਾ ਹੈਗਾ ਹੈ ਜੀ ਜੀ ਸੱਚੀ ਗੱਲ ਜੋਗਿੰਦਰ ਜੀ ਜੋਗਿੰਦਰ ਜੀ ਜਿਹੜਾ ਪਿਗਰੀ ਫਾਰਮ ਹੈ ਅੱਜ ਦੇ ਦਿਨ ਆਪਣੇ ਪੰਜਾਬ ਦੇ ਅੰਦਰ ਸਭ ਤੋਂ ਉੱਬਰਦਾ ਵਾਏ ਕਿ ਕੀਤਾ ਜਿਹੜਾ ਸੈਲਫ ਇੰਪਲॉयਮੈਂਟ ਵਾਸਤੇ ਨਿਕਲ ਰਿਹਾ ਅੱਗੇ ਔਰ ਇਹਦਾ ਇੱਕ ਕਾਰਨ ਹੈ ਕਿ ਜਿਹੜਾ ਸੂਰ ਫਾਰਮ ਹੈ ਉਹਦੇ ਅੰਦਰ ਇੱਕ ਤਾਂ ਬੱਚੇ ਪੈਦਾ ਕਰਨ ਦੀ ਸਮਰਤਾ ਬਹੁਤ ਜ਼ਿਆਦਾ ਹੈ ਕਿਉਂਕਿ ਸਾਲ 'ਚ ਦੋ ਸੂਵੇ ਹੁੰਦੇ ਆ ਇਹਦੇ ਔਰ ਇੱਕ ਸੂਵੇ 'ਚ ਇਹ ਇੱਕ ਤੋਂ ਲੇਗੇ 15 ਬੱਚੇ ਤੱਕ ਔਸਤਨ ਦਿੰਦੀ ਹੈ ਤੋ ਇਸ ਕਰਕੇ ਇਹ ਤਾਂ ਬੱਚੇ ਬਹੁਤ ਜ਼ਿਆਦਾ ਪੈਦਾ ਹੋਗੇ ਦੂਜੀ ਇਹਦੀ ਮਾਰਕੀਟਿੰਗ ਦੀ ਗੱਲ ਕਰੀਏ ਤੋ ਮਾਰਕੀਟਿੰਗ ਦੇ ਅੰਦਰ ਕੀ ਹੈ ਜਿਹੜੀ ਇਹਦੀ ਮਾਦਾ ਬੱਚੇ ਪੈਦਾ ਹੋਏ ਆ ਉਹ ਆਪਣੇ ਨਵੇਂ ਫਾਰਮ ਖੋਲਣ ਵਾਸਤੇ ਆਪਣੇ ਆਲੇ ਦੁਆਲੇ ਦੇ ਜਿਹੜੇ ਫਾਰਮਰ ਆ ਉਹ ਖਰੀਦ ਲੈਂਦੇ ਆ ਦੂਜਾ ਜਿਹੜਾ ਬਚ ਗਿਆ ਨਰ ਨਰਾਂ ਨੂੰ ਕੀ ਕਰਦੇ ਆ ਖਸਚੀ ਕਰਕੇ ਆਪਾਂ ਈਸਟਰਨ ਸਟੇਟ ਜਿਹੜੇ ਕਲਕੱਤਾ ਤੋਂ ਅਗਲੇ ਜਿਹੜੇ ਪ੍ਰਦੇਸ਼ ਹੈ ਉਧਰ ਆਪਾਂ ਐਕਸਪੋਰਟ ਕਰਦੇ ਆ ਟਰੱਕਾਂ ਦੇ ਰਾਹੀਂ ਵਿਆਪਾਰ ਲੈ ਕੇ ਜਾਂਦੇ ਆ ਔਰ ਟ੍ਰੇਨ ਦੇ ਰਾਹੀਂ ਵੀ ਲੈ ਕੇ ਜਾਂਦੇ ਆ ਉਹ ਕੀ ਕਰਦੇ ਆ 100 ਤੋਂ 130 ਰੁਪਏ ਕਿਲੋ ਦਾ ਲੈ ਕੇ ਜਾਂਦੇ ਆ ਔਰ ਇਹ ਉਸ ਤਨ 7-8 ਮਹੀਨੇ ਦਾ 100 ਕਿਲੋ ਦਾ ਹੋ ਜਾਂਦਾ ਯਾਨੀ ਆਪ ਨੂੰ ਵਧੀਆ ਆਮਦਨ ਹੁੰਦੀ ਹੈ ਦੂਜੀ ਗੱਲ ਕਰੀ ਸੀ ਕਰੀ ਤੁਸੀਂ ਕਿ ਵੀ ਸਰਕਾਰੀ ਸਹਾਇਤਾ ਬੈਂਕ ਤੋਂ ਤੁਸੀਂ ਲੋਨ ਲੈ ਸਕਦੇ ਹੋ ਨਬਾਰਡ ਦੀ ਵੀ ਸਕੀਮ ਹੈ ਆਰ ਕੇ ਬਾਈ ਦੇ thro ਜਾਂ ਪਸ਼ੂ ਪਾਲਨ ਮਹਿਕਮਾ ਜਿਹੜਾ ਉਹਦੀ ਵੀ ਸਕੀਮ ਹੈ 8 ਲੱਖ ਰੁਪਏ ਦਾ ਲੋਨ ਹੁੰਦਾ ਇਹਦਾ ਔਰ 8 ਅਇਦੇ ਵਾਸਤੇ ਕੀ ਨਵਾਰਡ ਦੀ ਜਿਸ ਸਕੀਮ ਦੀ ਗੱਲ ਕਰੀਏ ਤਾਂ 25% ਸਬਸਿਡੀ ਹੈ ਜਰਨਲ ਤੇ ਅਦਰਜਾਤੀਆਂ ਵਾਸਤੇ ਜਿਹੜੇ ਸ਼ੈਡਿਊਲ ਕਾਸਟ ਹੈ ਉਹਨਾਂ ਦੇ ਵਾਸਤੇ 33% ਸਬਸਿਡੀ ਹੈ ਔਰ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਉਹ 2 ਲੱਖ ਰੁਪਏ ਨਟਸੈਲ ਦੇ ਅੰਦਰ ਆਪਾਂ ਨੂੰ ਸਬਸਿਡੀ ਦਿੰਦਾ 8 ਲੱਖ ਰੁਪਏ ਦੇ ਉੱਪਰ ਯਾਨੀ ਆਪਾਂ ਜੇ ਆਪਾਂ ਇੱਧਰ ਕਰਾਂਗੇ ਤਾਂ ਆਪਣਾ ਖਰਚਾ ਇੰਨਾ ਜਾ ਨਹੀਂ ਲੱਗਣਾ ਛੋਟੇ ਪੱਧਰ ਤੇ ਕੰਮ ਸ਼ੁਰੂ ਕਰ ਗਏ ਤੁਸੀਂ 1 ਕਿ ਯੂਨਿਟ ਐ ਦੀ ਹੁੰਦੀ ਹੈ 25 5 1 ਇੱਕ ਦੀ ਹੁੰਦੀ ਹੈ ਨਹੀਂ 25 ਔਰ ਇੱਕ 25 ਮਾਦਾ ਇੱਕ ਨਰ ਰੱਖ ਲਿਓ ਔਰ ਉਹਦੇ ਉੱਪਰ ਕੰਮ ਬਹੁਤ ਜ਼ਿਆਦਾ ਆਮਦਨ ਹੁੰਦੀ ਹੈ ਜੀ ਅੱਜ ਦੇ ਦਿਨ ਜਿਹੜੇ ਨੌਕਰੀ ਸੁਦਾ ਵੀ ਬੰਦੇ ਇੰਡਸਟਰੀ ਲਿਸਟ ਵੀ ਇਹ ਸਾਰੇ ਆਪਣੇ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਕਿਉਂਕਿ ਇਸ ਤੋਂ ਐਕਸਟਰਾ ਇਨਕਮ ਪੈਦਾ ਹੁੰਦੀ ਹੈ ਜੀ ਆਪਣੇ ਜੀ ਮਤਲਬ ਜੋਗਿੰਦਰ ਸਿੰਘ ਜੀ ਬੇਫਿਕਰ ਹੋ ਕੇ ਇਸ ਨੂੰ ਸਹਾਇਕਦੰਦੇ ਦੇ ਤੌਰ ਤੇ ਆਪਣਾ ਕਰ ਸਕਦੇ ਜੀ ਅੱਜ ਦੇ ਦਿਨ ਕਰ ਸਕਦੇ ਬਹੁਤ ਵਧੀਆ ਜੀ ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲ ਤੇ ਡਾਕਟਰ ਸਾਹਿਬ ਦੇ ਜਵਾਬਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਤੁਸ ਜਗਿੰਦਰ ਉਹ ਸੁਨਾਲਿਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2 ब्रेक ਤੋਂ ਬਾਅਦ ਮੋੜ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸੁਨਾਲੀ ਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2 ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਖੇਤੀ ਨਾਲ ਜੁੜੇ ਸਹਾਇਕ ਤੰਦੇ ਨੇ ਸਾਡੇ ਨਾਲ ਡਾਕਟਰ சதबीर ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਸਾਹਿਬ ਇੱਕ ਹੋਰ ਕੋਲਰ ਸਾਡੇ ਨਾਲ ਜੁੜ ਗਏ ਨੇ ਉਹਨਾਂ ਦਾ ਸਵਾਲ ਵੀ ਜਾਣਦੇ ਆ ਹਾਂ ਜੀ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਰ ਜਗਿੰਦਰ ਸਿੰਘ ਗੱਲ ਕਰ ਰਹੇ ਹਾਂ ਜੀ ਉੱਟ ਵਾਲੇ ਤੋਂ ਹਾਂ ਜੀ ਆਪਣਾ ਸਵਾਲ ਪੁੱਛੋ ਜੀ ਹਾਂ ਜੀ ਸਰ ਮੈਂ ਐਕਚੁਅਲੀ ਬੱਕਰੀਆਂ ਪਾਲਣ ਦਾ ਜਿਹੜਾ ਕਾਰੋਬਾਰ ਕਰਨਾ ਚਾਹੁੰਦਾ ਹਾਂ ਤੈਨੂੰ ਇਹ ਦੱਸਣਾ ਕਿ ਕਿਹੜੀਆਂ ਜੜੀਆਂ ਬੱਕਰੀਆਂ ਕਿਹੜੀਆਂ ਨਸਲ ਦੇ ਹਨ ਬੱਕਰੀਆਂ ਪਾਲਾਂ ਤੇ ਜਿਹੜੇ ਜੀ ਮੈਨੂੰ ਮੁਨਾਫਾ ਹੋਵੇ। ਜੋਗਿੰਦਰ ਸਿੰਘ ਜੀ ਜਿਹੜੇ ਬੱਕਰੀਆਂ ਦੀ ਗੱਲ ਕਰੀਏ ਤੋਂ ਅੱਜ ਦਿਨ ਜਿਹੜੇ ਛੋਟੇ ਜੀ ਜ਼ਿੰਮੇਦਾਰ ਹੈ ਉਹ ਜਾਂ ਬਹੁਤ ਵੱਡੇ ਜ਼ਿੰਮੇਦਾਰ ਹੈ ਉਹਨਾਂ ਦੇ ਵਾਸਤੇ ਬੱਕਰੀ ਪਾਲਣ ਦੇ ਵਾਸਤੇ ਸਕੀਮ ਵੀ ਚੱਲੀ ਹੋਏ ਗਵਰਨਮੈਂਟ ਦੀ ਆਪਣੇ ਪੰਜਾਬ ਗਵਰਨਮੈਂਟ ਦੀ। ਤੋਂ ਉਹ ਨਸਲ ਦੀ ਜੇ ਪਹਿਲੇ ਗੱਲ ਕਰੀਏ ਤੇ ਇਹਦੇ ਬੱਕਰੀ ਪਾਲਣ ਦੇ ਅੰਦਰ ਆਪਣੇ ਪੰਜਾਬ ਦੀ ਜਿਹੜੀ ਨਸਲ ਹੈ ਬੀਟਲ ਹੈ ਬੀਟਲ ਜਿਹਨੂੰ ਬੀਟਲ ਵੀ ਕਹਿੰਦੇ ਆ ਬਟਾਲ ਵੀ ਵੀ ਕਹਿੰਦੇ ਆ ਅਮਰਸਰੀ ਵੀ ਕਹਿੰਦੇ ਆ ਤੋਤਾਪੁਰੀ ਵੀ ਕਹਿੰ ਉਹ ਤੁਸੀਂ ਨਸਲ ਪਾਲਗੇ ਵੀ ਕਰ ਸਕਦੇ ਹੋ ਇਹ ਕੰਮ ਸੁਰੂ ਔਰ ਕਿਉਂਕਿ ਇਹ ਡੁਅਲ ਪਰਪਸ ਵਾਸਤੇ ਹੈ ਤੇ ਦੁੱਧ ਦੇਣ ਵਾਸਤੇ ਬਹੁਤ ਵਧੀਆ ਨਸਲ ਹੈ ਔਰ ਇਹ ਦੇ ਅੰਦਰ ਕੀ ਮਾਸ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਵਧੀਆ ਹੁੰਦਾ ਹੈ ਯਾਨੀ ਉਸ ਤਨ ਇਹ ਜਿਹੜੋਂ ਵੇਚਣ ਵਾਸਤੇ ਉਮਰ ਹੁੰਦੀ ਹੈ ਇਹਦੀ ਆਪਣੇ ਜਿਹੜੇ 1 ਸਾਲ ਦੇ ਬਾਅਦ ਉਹ 35 ਤੋਂ 45 ਕਿਲੋ ਦਾ ਵਜ਼ਨ ਹੋ ਜਾਂਦਾ ਹੈ ਇਹਦਾ ਤੋਂ ਇਹ ਵੇਚਣ ਵਾਸਤੇ ਵਧੀਆ ਜੇ ਦੁੱਧ ਦੀ ਗੱਲ ਕਰੀਏ ਤਾਂ 1.5 ਤੋਂ ਲੱਗੇ ਉਹ 35 ਕਿਲੋ ਤੱਕ ਦੁੱਧ ਵੀ ਵਧੀਆ ਦਿੰਦੀ ਹੈ ਇਹ ਨਸਲ ਦੇ ਨਾਲ ਨਾਲ ਅੱਜ ਕੱਲ ਕੀ ਹੈ ਇੱਕ ਨਸਲ ਹੋਰ ਆਈ ਜਿਹੜੀ ਅਫਰੀਕਾ ਦੀ ਹੈ ਉਹ ਬੋਰ ਹੈ ਬੋਰ ਪਿਓਰ ਮਾਸ ਵਾਸਤੇ ਹੈ ਤੁਸੀਂ ਉਹ ਨਸਲ ਵੀ ਰੱਖ ਸਕਦੇ ਹੋ ਉਹ 1 ਸਾਲ ਦੀ ਜਦੋਂ ਹੁੰਦੀ ਹੈ ਤਾਂ 1 ਕੁਇੰਟਲ ਤੋਂ ਜ਼ਿਆਦਾ ਵਜ਼ਨ ਆਪਣਾ ਬਣਾ ਲੈਂਦੀ ਹੈ ਔਰ ਉਹ ਮਾਸ ਵਾਸਤੇ ਉਹ ਵੀ ਬਹੁਤ ਡਾਇਮਾਂਡ ਹੈ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਹੋ ਜੇ ਇਹਦੇ ਅੰਦਰ ਸਰਕਾਰੀ ਸਹਾਇਤਾ ਦੀ ਗੱਲ ਕਰੀਏ ਤਾਂ ਪਸ਼ੂ ਪਾਲਣ ਵਿਭਾਗ ਜਿਹੜਾ ਹੈ ਤੁਹਾਡਾ ਉਹ ਜਿਹੜੇ ਪਟਿਆਲੇ ਤੁਸੀਂ ਆਪਣੇ ਪਸ਼ੂ ਪਾਲਣ ਦੇ ਜਿਹੜਾ ਡੰਗ ਡਾਕਟਰ ਉਸ ਤੋਂ ਮਿਲਗੇ ਤੁਸੀਂ ਆਪਣੇ ਕੰਟੈਕਟ ਕਰਗੇ 1 ਲੱਖ ਰੁਪਏ ਦਾ ਲੋਨ ਹੈ ਉਹੀ 25% ਦੇ 33% ਦੇ 25000 ਰੁਪਏ 33000 ਰੁਪਏ ਸਬਸਿਡੀ ਹੈ ਨਵੜ ਵੱਲੋਂ ਹਾਲੇ ਤੱਕ ਕੋਈ ਇਹਦੇ ਉੱਪਰ ਸਕੀਮ ਨਹੀਂ ਹੈ ਪਰ ਤੁਸੀਂ ਪਸ਼ੂ ਪਾਲਣ ਵਿਭਾਗ ਨੂੰ ਤੋਂ ਇੱਕ ਕੰਮ ਛੋਟੇ ਪੱਧਰ ਤੇ ਸ਼ੁਰੂ ਕਰ ਸਕਦੇ ਹੋ ਜੀ ਤੇ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਆਪਣੇ ਸਵਾਲ ਨਾਲ ਸਾਡੇ ਨਾਲ ਜੁੜ ਗਏ ਨੇ ਉਹਨਾਂ ਦਾ ਸਵਾਲ ਵੀ ਜਾਣਦੇ ਹਾਂ ਜੀ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਅਮਰਜੀਤ ਸਿੰਘ ਬੋਲ ਰਿਹਾ ਹਾਂ ਅੰਬਰ ਸਾਡਾ ਸਿੱਕਦੋਂ ਹਾਂਜੀ ਅਮਰਜੀਤ ਜੀ ਆਪਣੇ ਸਵਾਲ ਪੁੱਛੋ ਹਾਂ ਮੈਂ ਨਾ ਛੋਟਾ ਖਚਾਣਾ ਮੈਂ ਨਾ ਥੋੜੀਆਂ ਮੁਰਗੀਆਂ ਰੱਖੀਆਂ ਘਰੇ ਹਾਂ ਉਹ ਥੋੜਾ ਜਿਹਾ ਵੀ ਚਲੋ ਨਾਲੇ ਘਰ ਤੱਕ ਜਾਣਾ ਚਾਹੁੰਦੇ ਨਾਲੇ ਥੋੜੀ ਅੰਦਰ ਮਾਜੀ ਮੈਂ ਜੋ ਸੋਚਦਾ ਵੀ ਮੈਂ ਅੰਡਾ ਵੀ ਵੇਚਦਾ ਮੀਟ ਵੀ ਵੇਚਦਾ ਮੁਰਗੀ ਵੀ ਵੇਚਦਾ ਪਰ ਮੈਨੂੰ ਇਹ ਅਭੀ ਮੈਂ ਇਹਨੂੰ ਕਿੱਥੇ ਨੂੰ ਬਤਾਉਣਾ ਚਾਹਣਾ ਤੇ ਉਹ ਕਿਹੜੇ ਕਿਹੜੇ ਤਰੀਕੇ ਨਾਲ ਜਾਂ ਕੀ ਬਦਲਿਆ ਜਾਵੇ ਵੀ ਮੈਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਆ ਮਰਜੀ ਜੀ سوال ਮੈਂ ਤੁਹਾਡਾ ਸੁਣ ਲਿਆ ਜਵਾਬ ਦਿੰਦਾ ਜੀ ਇਹਦੇ ਅੰਦਰ ਕੀ ਮਰਜੀ ਜੀ ਮੁਰਗੀਆਂ ਜਿਹੜੀ ਹੁੰਦੀਆਂ ਨੇ ਆਪਾਂ ਪਾਲਣਦੇ ਆ ਮੁਰਗੀ ਫਾਰਮ ਕਰਦੇ ਆ ਉਹ ਤਿੰਨ ਤਰ੍ਹਾਂ ਦਾ ਮੁਰਗੀ ਫਾਰਮ ਹੁੰਦਾ ਹੈ ਪਹਿਲਾ ਹੁੰਦਾ ਹੈ ਅੰਡੇ ਵਾਸਤੇ ਲੇਅਰ ਫਾਰਮਿੰਗ ਕਹਿੰਦੇ ਜਿਹਨ ਦੂਜਾ ਹੁੰਦਾ ਮਾਸ ਵਾਸਤੇ ਜਿਹਨੂੰ ਬਰੋਇਲਰ ਫਾਰਮਿੰਗ ਕਹਿੰਦੇ ਆ ਤੀਜਾ ਹੁੰਦਾ ਜਿਹੜਾ ਆਪਣਾ ਰਿਵਾਇਤ ਤੇ ਆਪਾਂ ਮੁਰਗੀਆਂ ਪਾਲਦੇ ਰਹੇ ਆ ਪਹਿਲੇ ਵੀ ਬੈਕਯਾਰਡ ਪੋਲਟਰੀ ਕਹਿੰਦੇ ਜਿੱਦੇਰ ਆਪਾਂ ਦੇਸੀ ਮੁਰਗੀਆਂ ਪਾਲ ਕੇ ਆਪ ਰੱਖਦੇ ਆ ਜੇ ਅੰਡੇ ਵਾਲੀ ਗੱਲ ਕਰੀਏ ਇਹ ਇੱਕ ਬਹੁਤ ਜ਼ਿਆਦਾ ਪੈਸੇ ਦੀ ਇਨਵੈਸਟਮੈਂਟ ਕਰਕੇ ਸ਼ੁਰੂ ਕਰਕੇ ਫਿਰ ਆਪਾਂ ਸ਼ੁਰੂ ਕਰ ਸਕਦੇ ਆ ਬਹੁਤ ਜ਼ਿਆਦਾ ਪੈਸਾ ਲੱਗਦਾ ਇਹ ਛੋਟੇ ਜ਼ਿੰਮੇਦਾਰਾਂ ਵਾਸਤੇ ਕੰਮ ਹੈ ਨਹੀਂ ਦੂਜੇ ਜੇ ਗੱਲ ਕਰੀ ਆਪਾਂ ਬਰੋਇਲਰ ਦੀ ਇਹ ਦੇ ਅੰਦਰ ਕਿ ਇਹ ਛੋਟਾ ਜਿਮੇਦਾਰ ਵੀ ਸ਼ੁਰੂ ਕਰ ਸਕਦਾ ਹੈ ਇਹ ਦੇ ਅੰਦਰ ਥੋੜੇ ਥਾਂ ਦੀ ਲੋੜ ਹੁੰਦੀ ਹੈ ਸਵਾ 2 ਸਕਰ ਫੀਟ ਤੇ ਥਾਂ ਦੇ ਅੰਦਰ ਇੱਕ ਮੁਰਗੀ ਪੜ ਸਕਦੀ ਹੈ ਜਿੰਨੀ ਤੁਸੀਂ ਮੁਰਗੀਆਂ ਪਾਲਣੀਆਂ ਆ ਉਹਦੇ ਹਿਸਾਬ ਤੋਂ ਪਾਲ ਸਕਦੇ ਹੋ ਤੀਜਾ ਹੈ ਦੇਸੀ ਮੁਰਗੀਆਂ ਜਿਹੜਾ ਬੈਕਿਆਰ ਪੋਲਟਰੀ ਦਾ ਹੈ ਇਹ ਦੇ ਅੰਦਰ ਕੀ ਹੈ ਕਿ ਦੇਸੀ ਮੁਰਗੀ ਆਪਣੇ ਘਰੇ ਪਹਿਲੇ ਆਪਣੇ ਜਿਹੇ ਪੰਜਾਬ ਦੀ ਨਸਲ ਕਰੇ ਪੰਜਾਬ ਬਰਾਊਨ ਹੁੰਦੀ ਸੀ ਆਜ ਕੱਲ ਆਰ ਆਈ ਆਰ ਆਪਣੇ ਜਿਹੜੀ ਰੱਖੀਏ ਪੰਜਾਬ ਰੈਡ ਰੱਖੀਏ ਯੂਨੀਵਰਸਿਟੀ ਚ ਵੀ ਮਿਲ ਜਾਈਗੀ ਤੁਹਾਨੂੰ ਲੁਧਿਆਣਾ ਜਿਹੜਾ ਵੈਟਰਨਰੀ ਯੂਨੀਵਰਸਿਟੀ ਹੈ ਉਹ ਇੱਕ ਹੋਰ ਨਸਲ ਆਈ ਦੇਸੀ ਦੀ ਕੜਕਨਾਥ ਜੀ ਨੂੰ ਕਹਿੰਦੇ ਆ ਕਾਲੇ ਰੰਗ ਦੇ ਤੁਸੀਂ ਦੇਖੀ ਹੋਣੀ ਸਵਾ ਕਾਲੇ ਰੰਗ ਦੀ ਹੁੰਦੀ ਅੰਡੇ ਵੀ ਉਹਦੇ ਬੂਰੇ ਆ ਕਾਲੇ ਰੰਗ ਦੇ ਟਾਈਪ ਦੇ ਹੁੰਦੇ ਬਲੈਕੀਸ ਹੁੰਦੇ ਅੰਡੇ ਔਰ ਉਹਦਾ ਮਾਸ ਵੀ ਕਾਲਾ ਹੁੰਦਾ ਇਹਦੇ ਅੰਦਰ ਕੀ ਹੈ ਕੋਲੇਸਟੇਰਲ ਲੈਵਲ ਘਟ ਹੁੰਦਾ ਹੈ ਐਟ ਇਸ ਮੈਡੀਸ਼ਲ ਵੈਲਿਊ ਆਦੀ ਬਹੁਤ ਜ਼ਿਆਦਾ ਹੈ ਜੇ ਆਪਾਂ ਇਹ ਮੁਰਗੀ ਵੀ ਨਾਲ ਰੱਖਾਂਗੇ ਤਾਂ ਇਹਦੇ ਕੀ ਹੈ ਅੰਡੇ ਮਹਿੰਗੇ ਵਿਗਦੇ ਉਸ ਦਿਨ 15 ਤੋਂ 20 ਰੁਪਏ ਦਾ ਅੰਡਾ ਵਿਗਦਾ ਔਰ ਇਹਦਾ ਜਿਹੜਾ ਮਾਸ ਹੈ ਉਹ ਵੀ ਮਹਿੰਗਾ ਵਿਗਦਾ ਹੈ ਤਾਂ ਤੁਸੀਂ ਇਹ ਕਰਕੇ ਨਾਲ ਜਿਹੜਾ ਆਪਣਾ ਕਰ ਰਹੇ ਹੋ ਇਹਨੂੰ ਆਰ ਆਈ ਆਰ ਤੋਂ ਜਾਂ ਆਪਣੇ ਕੜਕਨਾਥ ਤੋਂ ਤੁਸੀਂ ਬਦ ਲੈਣ ਵਾਸਤੇ ਤੁਸੀਂ ਲੁਧਿਆਣਾ ਯੂਨੀਵਰਸਿਟੀ ਤੋਂ ਲੈ ਲਓ ਜਾਂ ਤੁਸੀਂ ਚੰਡੀਗੜ੍ਹ ਤੋਂ ਆਪਣਾ ਜਿਹੜਾ ਇੰਡਸਟਰੀ ਏਰੀਆ ਹੈ ਉਧਰ ਆਪਣਾ ਸੈਂਟਰਲ ਪੋਲਟਰੀ ਡਵੈਲਪਮੈਂਟ ਆਰਗੇਨਾਈਜੇਸ਼ਨ ਬਾੜ ਸਰਕਾਰ ਦਾ ਹੈਗੀਦਾਰ ਹੈ ਉਧਰੋਂ ਤੁਸੀਂ ਮੁਰਗੀਆਂ ਚੂਚੇ ਇੱਕ ਦਿਨ ਦੇ ਮਿਲਦੇ ਤੁਸੀਂ ਲੈ ਕੇ ਖਰੀਦ ਕੇ ਆਪਣਾ ਫਾਰਮ ਸ਼ੁਰੂ ਕਰ ਸਕਦੇ ਹੋ ਗੱਲ ਆਈ ਹੈ ਇਹਦੇ ਅੰਦਰ ਸਰਕਾਰੀ ਸਹਾਇਤਾ ਦੀ ਸਰਕਾਰੀ ਸਹਾਇਤਾ ਦੇ ਅੰਦਰ ਕੀ ਹੈ ਜੇ ਆਪਾਂ ਦੋ ਕੈਟਾਗਰੀ ਹੁਣ ਬਣ ਗਈ ਹੈ ਅੰਦਰ ਇੱਕ ਲੇਅਰ ਦੀ ਅੰਡੇ ਵਾਲੀ ਇੱਕ ਮਾਸ ਵਾਲੀ ਜੇ ਆਪਾਂ ਲੇਅਰ ਦੀ ਗੱਲ ਕਰਦੇ ਆਂ ਤਾਂ ਉਹਦੇ ਅੰਦਰ ਤੁਹਾਨੂੰ 52000 ਪ੍ਰਤੀ 10000 ਚੂਚੇ ਸਬਸਿਡੀ ਮਿਲਦੀ ਹੈ ਗਵਰਨਮ ਹੈ 25% ਸਬਸਿਡੀ ਔਰ ਮੈਕਸਿਮਮ ਤੁਸੀਂ 20000 ਚੂਚੇ ਖਰੀਦ ਸਕਦੇ ਹੋ ਇਸੇ ਤਰ੍ਹਾਂ ਬਰੋਲਰ ਦੇ ਅੰਦਰ ਵੀ 20000 ਚੂਚੇ ਲੈ ਸਕਦੇ ਹੋ 20000 ਦੇ ਅੰਦਰ ਤੁਹਾਨੂੰ 1 ਲੱਖ ਰੁਪਏ ਸਬਸਿਡੀ ਹੈ ਪ੍ਰਤੀ 1000 ਚੂਚੇ ਦੇ ਵਾਸਤੇ ਠੀਕ ਹੈ ਜੀ ਯਾਨੀ ਆਪਾਂ ਜਿੰਨੇ ਚੂਚੇ ਰੱਖਣੇ ਆ ਜੇ 10000 ਤੁਸੀਂ ਚੂਚੇ ਰੱਖੋਗੇ ਤਾਂ ਤੁਹਾਡੇ 10 ਲੱਖ ਰੁਪਏ ਸਬਸਿਡੀ ਹੋਗੀ ਪਰ ਉਹ ਸਬਸਿਡੀ 25% ਹੈ ਯਾਨੀ 40 ਲੱਖ ਰੁਪਏ ਤੁਸੀਂ ਲੋਨ ਲਓਗੇ ਤੋ ਤੁਹਾਨੂੰ 10 ਲੱਖ ਰੁਪਏ ਸਬਸਿਡੀ ਮਿਲਣੀ ਹੈ ਤੋ ਤੁਸੀਂ ਆਪਣੇ ਜਿਹੜੀ ਆਪਣੇ ਘਰ ਦੇ हिसाब ਤੋਂ ਕਿ ਜਿੰਨੀ ਤੁਹਾਡੀ ਪ੍ਰੋਪਰਟੀ ਹੈ ਕਿਉਂਕਿ ਬੈਂਕ ਨੇ ਤੁਹਾਡੀ ਪ੍ਰੋਪਰਟੀ ਦੇ ਬੇਸ ਤੇ ਲੋਨ ਦੇਣਾ ਹੈ ਸਬਸਿਡੀ ਤੁਹਾਨੂੰ ਮਿਲਣੀ ਹੈ ਟ੍ਰੇਨਿੰਗ ਕਰਕੇ ਤੁਸੀਂ ਜਿਹੜਾ ਟ੍ਰੇਨਿੰਗ ਕਰੋਗੇ ਉਹਦੇ ਸਰਟੀਫਿਕੇਟ ਦੇ ਬੇਸ ਤੇ ਤੁਹਾਨੂੰ ਇਹ ਸਬਸਿਡੀ ਮਿਲਣੀ ਹੈ ਤੋ ਇਹ ਕੰਮ ਸ਼ੁਰੂ ਕਰਕੇ ਜੇ ਕਰਨਾ ਚਾਹੁੰਦੇ ਹੋ ਤੋ ਸਰਕਾਰੀ ਸਹਾਇਤਾ ਲੈ ਕੇ ਮਰਜ਼ੀ ਦੀ ਤੁਸੀਂ ਕਰ ਸਕਦੇ ਹੋ ਸੀ ਤੇ ਇੱਥੇ ਵੀ ਲੈ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਇੱਕ ਗਾਵ ਤੋਂ ਕਿਸਾਨ ਦੇ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ ਤੁਸੀਂ ਵੇਖਦੇ ਰਹੋ ਸੁਨਾਲਿਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2 ब्रेक तो बाद मोड़ तो ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 2 ਅਤੇ ਅਗਾਵਾਦੂ ਕਿਸਾਨ ਕੌਣ ਹੁੰਦਾ ਹੈ ਅਗਾਵਾਦੂ ਕਿਸਾਨ ਉਹ ਹੁੰਦਾ ਹੈ ਜੋ ਆਪਣੀ ਨਵੇਕਲੀ ਸੋਚ ਨਾਲ ਆਪਣੀ ਮਿਹਨਤ ਸਦਕਾ ਬਾਕੀਆਂ ਲਈ ਇੱਕ ਮਿਸਾਲ ਬਣਦਾ ਹੈ ਤੇ ਅਜਿਹੇ ਕਿਸਾਨ ਨਾਲ ਆਉ ਕਰਾਉਣੇ ਹ ਤੁਹਾਡੀ ਮੁਲਾਕਾਤ ਅੱਜ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਲੋੜ ਹੈ ਖੇਤੀ ਵਨ ਸੁਵੰਤਾ ਦੀ ਜਿਨ੍ਹਾਂ ਕਿਸਾਨਾਂ ਨੇ ਵਨ ਸੁਵੰਤਾ ਅਪਣਾਈ ਹੈ ਉਹਨਾਂ ਲਈ ਖੇਤੀ ਲਾਹੇਵੰਦਤਾ ਦਾ ਸਾਬਤ ਹੋਈ ਹੈ ਐਸੀ ਇੱਕ ਕਿਸਾਨ ਨੇ ਸਬਡਿਵੀਜ਼ਨ ਮੋੜ ਮੰਡੀ ਦੇ ਪਿੰਡ ਬੁਰਜ ਸੇਮਾ ਦੇ ਕਿਸਾਨ ਸੁਖਪਾਲ ਸਿੰਘ ਧਰਤੀ ਹੇੜਲੇ ਪਾਣੀ ਦਾ ਘਟਦਾ ਪੱਤਰ ਵੇਖ ਕੇ ਸੁਖਪਾਲ ਸਿੰਘ ਨੇ ਝੋਨੇ ਦੀ ਖੇਤੀ ਛੱਡ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਸੁਖਪਾਲ ਸਿੰਘ ਨੇ ਖੇਤਾਂ 'ਚ ਜਾਲ ਵਿਛਾ ਕੇ ਤੋਰੀ ਅਤੇ ਕੱਦੂ ਬੀਜੇ ਨੇ ਤੇ ਮੁਨਾਫਾ ਵੀ ਚੰਗਾ ਖੱਟ ਰਿਹਾ ਹੈ 7 ਏਕੜ ਝੋਨੇ ਦੀ ਜਗ੍ਹਾ ਛੱਡ ਕੇ ਇਹਦੇ ਵਿੱਚ ਜਾਲ ਬਣਾ ਕੇ ਪ੍ਰੋਪਰ ਅੰਗੂਰਾਂ ਦੀ ਤਰ੍ਹਾਂ ਜਿਹੜੀ ਸਬਜ਼ੀ ਹੈ ਉਹ ਲਾਉਣੀ ਸ਼ੁਰੂ ਕੀਤੀ ਸੀਗੀ ਇਹਨੇ ਟੋਰੀ ਐ ਕਦੂ ਇਸ ਤਰ੍ਹਾਂ ਦੀਆਂ ਕਈ ਸਬਜ਼ੀਆਂ ਜਾਲ ਦੇ ਉੱਤੇ ਲਾ ਕੇ ਇੱਕ ਤਰ੍ਹਾਂ ਦੀ ਕੁਆਲਿਟੀ ਬੜੀ ਵਧੀਆ ਹੈ। ਬਾਕੀ ਪਾਣੀ ਦੀ ਬਚਤ ਬਹੁਤ ਹੋ ਜਾਂਦੀ ਹੈ 20 20 ਫੁੱਟ ਤੇ ਇਹਦੀਆਂ ਖਾਲੀਆਂ ਖਾਲੀਆਂ ਨੂੰ ਥਰੂ ਜਿਹੜੀ ਪਾਣੀ ਹੈ ਨਹਿਰੀ ਪਾਣੀ ਨਾਲ ਲਗਭਗ ਪੂਰੇ ਸਰ ਜਾਂਦਾ ਹੈਗਾ। ਕਿਸਾਨ ਹੈ ਜਿਹੜੇ ਉਹ ਇਹਨੂੰ ਲਾ ਸਕਦੇ ਆ ਕੋਈ ਲਾਹੇਵੰਦ ਹੰਦਾ ਹੈ। ਪਾਣੀ ਦੀ ਬਚਤ ਹੁੰਦੀ ਹੈ। ਜ਼ਮੀਨ ਦੀ ਉਜਾਊ ਸ਼ਕਤੀ ਵੀ ਵੱਧਦੀ ਹੈ। ਹੋਰ ਬਹੁਤ ਸਾਰੇ ਇਹਦੇ ਫਾਇਦੇ ਆ। ਸਬਜ਼ੀਆਂ ਦੀ ਕਾਸ਼ਤ ਦੇ ਨਾਲ-ਨਾਲ ਸਖਪਾਲ ਚੰਗਾ ਡੇਰੀ ਫਾਰਮਿੰਗ ਵੀ ਕਰਤਾ ਹੈ। ਪਸ਼ੂਆਂ ਦੀ ਸ਼ਾਮ ਸੰਭਾਲ ਦੇ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੋਹੇ ਇਕੱਠਾ ਕਰਨ ਲਈ ਮਸ਼ੀਨ ਦੀ ਵਰਤੋਂ, ਪਸ਼ੂਆਂ ਨੂੰ ਨਹਾਉਣ ਦੇ ਲਈ ਫੁਆਰੇ ਦੀ ਵਰਤੋਂ ਤਾਂ ਕਿ ਪਾਣੀ ਦੀ ਬਚਤ ਹੋਵੇ। ਇੱਕ ਕਿਸਾਨ ਗਾਵਾਂ ਨੂੰ ਹਰੇ ਚਾਰੇ ਦੇ ਲਈ ਮੱਕੀ ਤੇ ਹੋਰ ਫੀਡ ਖੋਦ ਤਿਆਰ ਕਰਦਾ ਹੈ। ਰੈਂਦ ਖੂਨ ਤੋਂ ਖਾਦ ਵੀ ਤਿਆਰ ਕਰਦਾ ਹੈ ਜਿਹੜੀ ਫਸਲ ਦੇ ਲਈ ਲਾਹੇਵੰਦ ਹੈ। ਨਵੀਂ ਤਕਨੀਕ ਦੇ ਨਾਲ ਕੰਮ ਸ਼ੁਰੂ ਕਰਨ ਦੀ ਪਲੈਨਿੰਗ ਕੀਤੀ ਹੈ ਸਾਰੀ। ਟੋਟਲ ਜਿੰਮੇ ਪੱਠੇ ਆਓ, ਟੀਐਮਆਰ ਨਾਲ ਤੁਸੀਂ ਦੇਖ ਹੀ ਚੁੱਕੇ ਹੋ। ਪਾਏ ਜਾਂਦੇ ਕਿ ਲੇਬਰ ਦੀ ਬਹੁਤ ਬਚਤ ਹੋ ਜਾਂਦੀ ਹੈ। ਜਿਹੜਾ ਗੋਬਰ ਹੈਗਾ, ਗੋਹਾ ਹੈਗਾ ਇਹਨੂੰ ਆਟੋ ਸਕ੍ਰੈਪਰ ਨਾਲ ਹੀ ਚੱਕ ਕੇ ਗੋਬਰ ਗੈਸ ਦੇ ਥਰੂ ਹੁੰਦਾ ਹੋਇਆ ਡੱਗ ਚ ਜਾਂਦਾ ਉੱਥੋਂ ਵੈਕਮ ਪੰਪ ਜਾ ਕੇ ਖੇਤਾਂ 'ਚ ਵੀ ਪਾ ਸਕਦੇ ਆ ਤੇ ਜਾਂ ਮਤਲਬ ਜਦੋਂ ਕੋਈ ਜਗ੍ਹਾ ਖਾਲੀ ਮਤਲਬ ਡੱਗ ਬਣਾਏ ਹੋਏ ਆ ਉੱਥੇ ਉਹਨੂੰ ਸਟੋਰ ਕਰਕੇ ਰੱਖਿਆ ਜਾਂਦਾ ਜਦੋਂ ਫ੍ਰੀ ਟਾਈਮ ਹੁੰਦਾ ਫਸਲਾਂ ਦੀ ਕਟਾਈ ਤੋਂ ਬਾਅਦ ਉਹ ਜਿਹੜੀ ਖਾਦ ਆ ਵਰਤੋਂ 'ਚ ਲਿਆਂਦੀ ਜਾਂਦੀ ਹੈ ਬੈਨੀਫਿਟ ਤਾਂ ਜੇ ਤੁਸੀਂ ਕੋਈ ਵੀ ਕੰਮ ਆਪਦੇ ਹੱਥੀ ਆਪ ਕੇਅਰ ਕਰੋਗੇ ਤਾਂ ਮੈਂ ਸਮਝਦਾ ਆਂ ਵੀ ਕਿਸੇ ਵੀ ਚੀਜ਼ ਦੇ ਵਿੱਚ ਕੋਈ ਘਾਟੇ ਵਾਲੀ ਹਾਲਤ ਨਹੀਂ ਬਲਮਾ ਲਾ ਕੇ ਠੀਕ ਆ ਆਪਦੇ ਧੰਦੇ ਵਿੱਚ ਜੁੜੇ ਆ ਲੋਕਾਂ ਨਾਲ ਉਹ ਵਿੱਲੇ ਨਾਲੋਂ ਅਸੀਂ ਆਪ ਦਾ ਜਿਹੜਾ ਰੋਜ਼ਗਾਰ ਹੈ ਆਪ ਦੇ ਹੱਥੀ ਆਪ ਇੱਥੇ ਕਰਕੇ ਕੰਮ ਜਿਹੜਾ ਹੈਗਾ ਇਹਨੂੰ ਤਾਂ ਦਿਨ ਚਲਾ ਰਹੇ ਆ ਕਿਸਾਨਾਂ ਦੀ ਪਹਿਲ ਕਦਮੀ ਹੋਰ ਨਾ ਕਿਸਾਨਾਂ ਲਈ ਸੇਧ ਹੈ ਕਿ ਸੂਬੇ ਦੇ ਬਾਕੀ ਕਿਸਾਨ ਵੀ ਰਵਾਇਤੀ ਫਸਲੀ ਚੱਕਰ ਛੱਡ ਕੇ ਵਾਣ ਸਵੰਤਾ ਦੇ ਨਾਲ ਸਹਾਇਕ ਧੰਦੇ ਅਪਣਾਉਣ ਤਾਂ ਹੀ ਕਿਸਾਨੇ ਨੂੰ ਆਉਂਦੀਆਂ ਚੁਣੌਤੀਆਂ ਨਾਲ ਨਜਿੱਠ ਸਕਣਗੇ ਪੀਡੀਸੀ ਨਿਊਜ਼ ਲਈ ਤਲਵੰਡੀ ਸਾਹਿਬ ਤੋਂ ਮਨੀਸ਼ ਕਰਦੇ ਦੀ ਰਿਪੋਰਟ ਸਲਾਮ ਹੈ ਜੀ ਇਹਨਾਂ ਦੀ ਨਵੇਕਲੀ ਸੋਚ ਨੂੰ ਤੇ ਹੁਣ ਤੁਹਾਡੀ ਮੁਲਾਕਾਤ ਕਰਾਉਣੇ ਆ ਅਮਰਜੀਤ ਸਿੰਘ ਦੇ ਨਾਲ ਜੋ ਜ਼ਿਲ੍ਹਾ ਜਲੰਧਰ ਤੋਂ ਨੇ ਜਿਨ੍ਹਾਂ ਨੇ ਇੱਕ ਵੱਖਰੀ ਸਾਂ ਜਿਹੜੀ ਉਹ ਪਾਈ ਐ ਸੋਨਾਲੀਕਾ ਟਰੈਕਟਰ ਦੇ ਨਾਲ ਹਾਂਜੀ ਇਹਨਾਂ ਨੇ ਇੱਕ ਨਹੀਂ ਦੋ ਨਹੀਂ ਬਲਕਿ 6-6 ਸੋਨਾਲੀਕਾ ਟਰੈਕਟਰ ਰੱਖੇ ਹੋਏ ਨੇ ਤੇ ਕਿਵੇਂ ਉਹ ਆਪਣੇ ਸੋਨਾਲੀਕਾ ਟਰੈਕਟਰ ਦੀ ਸਾਂ ਸੰਭਾਲ ਵੀ ਕਰਦੇ ਆ ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਟੈਕਨੋਲੋਜੀ ਦੇ ਇਸ ਦੌਰ ਦੇ ਵਿੱਚ ਖੇਤੀਬਾੜੀ ਵੀ ਪੂਰੀ ਤਰ੍ਹਾਂ ਦੇ ਨਾਲ ਤਕਨੀਕ ਅਧਾਰਿਤ ਹੋ ਗਈ ਹੈ ਜਿਹੜੇ ਕਿਸਾਨ ਸਮੇਂ ਦੀ ਬਦਲਦੀ ਤਕਨੀਕ ਦੇ ਨਾਲ ਖੇਤੀਬਾੜੀ ਕਰ ਰਹੇ ਨੇ ਉਹ ਨਵੀਆਂ ਮੰਜ਼ਲਾਂ ਵੀ ਛੁਰੇ ਨੇ ਹੋਰ ਨਾਲ ਕਿਸਾਨਾਂ ਦੇ ਵਾਸਤੇ ਉਹ ਇੱਕ ਮਿਸਾਲ ਵੀ ਪੈਦਾ ਕਰ ਰਹੇ ਹੈਗੇ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਪਧਿਆਣਾ ਦੇ ਵਿੱਚ ਖੜੇ ਆ ਇੱਥੋਂ ਦੇ ਇੱਕ ਕਿਸਾਨ ਹੈਗੇ ਨੇ ਅਮਰਜੀਤ ਸਿੰਘ ਔਰ ਉਹਨਾਂ ਦਾ ਸੋਨਾਲੀਕਾ ਟਰੈਕਟਰ ਦੇ ਨਾਲ ਇਹਨਾਂ ਵਿਸ਼ਵਾਸ ਹੈ ਇਹਨਾਂ ਇਸ਼ਕ ਅਸੀਸ ਨੂੰ ਕਹਿ ਸਕਦੇ ਆ ਕਿ ਉਹਨਾਂ ਦੇ ਕੋਲ ਖੇਤੀਬਾੜੀ ਦੇ ਵਾਸਤੇ 6 ਟਰੈਕਟਰ ਉਹਨਾਂ ਨੇ ਸੋਨਾਲੀਕਾ ਦੇ ਆਪਣੇ ਵਾਸਤੇ ਖਰੀਦੇ ਹੈਗੇ ਨੇ ਤਵਾਦੀ ਪਹਿਲਾਂ ਦਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਦੇਤੇ ਧੰਨਵਾਦ ਜੀ ਪੀਟੀਸੀ ਨਿਊਜ਼ ਦਾ ਮੈਨੂੰ ਤੁਸੀਂ ਮੌਕਾ ਦਿੱਤਾ ਆਪਣੇ ਚੈਨਲ ਤੇ ਆਉਣ ਦਾ ਔਰ ਕਿਸਾਨ ਭਰਾਵਾਂ ਦੇ ਲਈ ਮੈਂ ਇੱਕ ਮਿਸਾਲ ਬਾੜਨਾ ਚਾਹੁੰਦਾ 6 ਟਰੈਕਟਰ ਤੁਹਾਡੇ ਕੋਲੇ ਆ ਗਿਆ ਕੀ ਐਸਾ ਕੀ ਕਾਰਨ ਬਣਿਆ ਐਸਾ ਕੀ ਸਵਾਬ ਬਣਿਆ ਕਿਵੇਂ ਇਧਰ ਆਉਣ ਦਾ ਜਾਂ ਸੋਨਾ ਲਿਕਰ ਨਾਲ ਜੁੜਨ ਦਾ ਕੀ ਵਸੀਲਾ ਬਣਿਆ ਸਾਡੀ ਜਿਹੜੀ ਖੇਤੀ ਆ ਉਹਦੇ ਲਈ ਸਾਨੂੰ ਟੈਕਨੀਕਸ ਵਡੀਆਂ-ਵਡੀਆਂ ਮਿਲਦੀਆਂ ਟਰੈਕਟਰ ਦਾ ਤੇਲ ਦਾ ਫਰਕ ਇੰਨਾ ਹੈ ਕਿ 1 ਲੀਟਰ ਦਾ ਤੁਸੀਂ ਲਾ ਲਓ ਹਸਾਬ ਜਾਂ ਆਪਾਂ 6 ਮਹੀਨੇ ਦਾ ਹਿਸਾਬ ਲਾਈਏ ਤੇ 40-45 ਹਜ਼ਾਰ ਦਾ ਤੁਹਾਡਾ ਤੇਲ ਦਾ ਫਰਕ ਪੈ ਜਾਂਦਾ ਤੇ ਤੁਸੀਂ ਉਸ ਪੈਸੇ ਦੇ ਨਾਲ ਆਪਣੀ ਕਿਸ਼ਤ ਬੜੇ ਆਰਾਮ ਨਾਲ ਦੇ ਸਕਦੇ ਆ ਦੂਸਰੀ ਨਹੀਂ ਟੈਕਨੋਲੋਜੀ ਦੀ ਗੱਲ ਜਿਹੜੀ ਚੀਜ਼ ਦੀ ਸਾਨੂੰ ਟੈਕਨੋਲੋਜੀ ਦੀ ਜਰੂਰਤ ਆ ਅਸੀਂ ਜਿਹੜੇ ਇਹਨਾਂ ਦੇ ਇੰਜੀਨੀਅਰ ਆ ਉਹਨਾਂ ਨੂੰ ਜਾ ਕੇ ਦੱਸੀਦਾ ਕਿ ਵੀ ਆਹ ਚੀਜ਼ ਜਿਹੜੀ ਹੈਗੀ ਆ ਸਾਨੂੰ ਚਾਹੀਦੀ ਆ ਖੇਤੀ ਵਾਸਤੇ ਉਹ ਸਾਡੀ ਫੁੱਲਫਿਲ ਕਰਦੀ ਆ ਜਿਸ ਤਰ੍ਹਾਂ ਇਹਦੇ ਵਿੱਚ ਪਿੱਛੇ ਟਰਾਲੀ ਚੱਕਣੀ ਸੀਗੀ ਅੱਗੇ ਇੱਕ ਆਉਂਦਾ ਸੀਗਾ ਬਾਕਸ ਹੁਣ ਉਹਦੇ ਲਈ ਡਬਲ ਹੋ ਗਿਆ ਹੈ ਵੱਡੇ ਟਰੈਕਟਰ ਨਾਲ ਚਾਰ ਆ ਰਹੇ ਆ ਤੋਂ ਮਤਲਬ ਸਾਡੀਆਂ ਸਾਰੀਆਂ ਲੋੜਾਂ ਜਿਹੜੀਆਂ ਹੈਗੀਆਂ ਟਰੈਕਟਰ ਪੂਰੀਆਂ ਕਰਦਾ ਹੈ ਤੁਹਾਡੇ ਕੋਲ ਜਿਹੜੇ ਮਾਡਲ ਕਿਹੜੇ-ਕਿਹੜੇ ਤੁਸੀਂ ਸੋਨਾਲੀਕਾ ਕੰਪਨੀ ਦੇ ਕਿਹੜੇ-ਕਿਹੜੇ ਮਾਡਲ ਤੁਹਾਡੇ ਕੋਲ ਇਸ ਵਕਤ ਹੈਗੇ ਨੇ ਜਿਹੜੇ ਤੁਸੀਂ ਇਸਤੇਮਾਲ ਕਰ ਰਹੇ ਹੋ ਖੇਤੀਬਾੜੀ ਵਾਲੇ ਮੇਰੇ ਕੋਲ ਜੀਟੀ 26 ਹੈਗਾ ਜੀ ਸਭ ਤੋਂ ਛੋਟਾ ਟਰੈਕਟਰ ਉਸ ਤੋਂ ਬਾਅਦ ਦੋ 730 ਹੈਗੇ ਆ ਅਸੀਂ ਤੂੜੀ ਛੇੜ ਢੋਣੇ ਆ ਸਾਨੂੰ ਉਹ ਸਸਤਾ ਪੈਂਦਾ ਬਹੁਤ ਜ਼ਿਆਦਾ ਫਿਰ 745 ਹੈਗਾ ਸਾਡੇ ਕੋਲ ਔਰ 50 RX 50 ਹੈਗਾ ਆ ਜੀਟੀ 35 ਹੈਗਾ ਸਾਡੇ ਕੋਲ ਇੱਕ ਮੇਰੇ ਕੋਲ ਛੇ ਹੈਗੇ ਆ ਜੀ ਇਹ ਇੱਕ ਬੜੀ ਜਿਹੜੀ ਇੰਪੋਰਟੈਂਟ ਗੱਲ ਆ ਬੜੀ ਖਾਸ ਗੱਲ ਹੈ ਟਰੈਕਟਰ ਦੇ ਨਾਲ ਤੁਹਾਡਾ ਇਹਨਾਂ ਨੇੜੇ ਦਾ ਰਿਸ਼ਤਾ ਆ ਤੁਸੀਂ ਸੋਨਾ ਲੀਕਾ ਦੇ ਨਾਲ ਵੀ ਉਸ ਤੋਂ ਊੜਾ ਰਿਸ਼ਤਾ ਹੈ ਔਰ ਜਿਹੜੇ ਹੋਰ ਜ਼ਿਮੀਦਾਰ ਕਿਸਾਨ ਹੈਗੇ ਨੇ ਜਿਨ੍ਹਾਂ ਭਰਾਵਾਂ ਨੇ ਨਵਾਂ ਸੋਨਾ ਲੀਕਾ ਲਿਆ ਇਹਦੀ ਸਾਮ ਸੰਭਾਲ ਖਾਸ ਤੌਰ ਤੇ ਮਸ਼ੀਨਰੀ ਦੀ ਸਾਮ ਸੰਭਾਲ ਤੁਸੀਂ ਕਿਵੇਂ ਕਰਦੇ ਹੋ ਔਰ ਕਿਵੇਂ ਉਸ ਜਿਹੇ ਤਰੀਕੇ ਨਾਲ ਦੇਖੋ ਜੀ ਸਾਮ ਸੰਭਾਲ ਦੀ ਗੱਲ ਇਦਾਂ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਸਾਡੇ ਜ਼ਿਮੀਦਾਰ ਭਰਾ ਜਿਹੜੇ ਆ ਨਾ ਜੇ ਟੋਚਣਾ ਦਾ ਜੋਰ ਦਿਖਾ ਰਹੇ ਆ ਜਾ ਕੇ ਟੂਟਨ ਪਾਲਾ ਤਵੀਆਂ ਦੇ ਮੁਕਾਬਲੇ ਜਾਂਦੇ ਆ ਮੈਂ ਤਾਂ ਉਹਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਦੀ ਉਹਦੇ ਨਾਲ ਤੁਸੀਂ ਆਪਣੀ ਮਸ਼ੀਨਰੀ ਨੂੰ ਸੰਭਾਲ ਕੇ ਰੱਖੋ ਅਸੀਂ ਹੁਣ ਸਾਡੀ ਮਸ਼ੀਨਰੀ ਤੁਸੀਂ ਦੇਖ ਲਓ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਰੱਖਿਆ ਆ ਸਾਡੀ ਮਸ਼ੀਨਰੀ ਨੂੰ ਕਦੀ ਇਹਨਾਂ ਦਾ ਨਹੀਂ ਇਦਾਂ ਕੀਤਾ ਮੇਰੀ ਜਿਹੜੀ ਨੇਕਸ ਲਾਇਆ ਕਿ ਮੈਂ ਕਦੀ ਵੀ ਅਜੇ ਤੱਕ ਡੀਲਰ ਤੋਂ ਬਿਨਾ ਨਾਟ ਦੀ ਚਾਬੀ ਨਹੀਂ ਕਿਸੇ ਨੂੰ ਲਾਉਣ ਦਿੱਤੀ ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਡੀਲਰ ਨੂੰ ਫੋਨ ਕਰਦੇ ਆ ਕਿ ਪਾਜੀ ਸਾਡੇ ਟਰੈਕਟਰ ਚ ਆ ਪਹਿਲੀ ਗੱਲ ਤਾਂ ਪ੍ਰੋਬਲਮ ਆਈ ਨਹੀਂ ਅਜੇ ਤੱਕ ਜੀ ਮੈਨੂੰ 13 ਤੋਂ ਲੈ ਕੇ ਮੇਰਾ ਖਿਆਲ ਆ ਮੇਰੇ ਡੀਲਰ ਸਰਵ ਸੇਵਿਸ ਕਰਨ ਜ਼ਰੂਰ ਮੇਰੇ ਘਰ ਆਏ ਹੋਣਗੇ ਉਦਾਂ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਮਤਲਬ ਸਰਵਿਸ ਤਾਂ ਇੰਨੀ ਵਧੀਆ ਜਦਾਂ ਇਹਦੀ ਵੀ ਤੁਸੀਂ ਗੱਲ ਛੱਡ ਦਿਓ ਮੁਕਾਬਲੇ ਬਾਈ ਦਾ ਬੜਾ ਦੌਰ ਹੈ ਬੜੀ ਐਡਵਰਟਾਈਜ਼ਮੈਂਟ ਆਉਂਦੀ ਹੈ ਸਾਰੀ ਕੰਪਨੀ ਦੇ ਵੱਲੋਂ ਜਿੱਦਾਂ ਹੋਰ ਨਾ ਵੀਰਾਂ ਨੇ ਸੋਨਾਲੀਕਾ ਲੈਣਾ ਆ ਜਾਂ ਟਰੈਕਟਰ ਲੈਣਾ ਹੈ ਉਹਨਾਂ ਨੂੰ ਤੁਸੀਂ ਕੀ ਜਾਂਦੇ ਜਾਂਦੇ ਸਨੇਹਾ ਦਿੰਦੇ ਹੋ ਕਿਉਂ ਉਹ ਸੋਨਾਲੀਕਾ ਲੈਣ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਹਾਂ ਦੇਖੋ ਜੀ ਸੋਨਾਲੀਕਾ ਲੈਣ ਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਇਹ ਆ ਕਿ ਮੇਰੇ ਇਹ ਪਿੰਡ ਦੀ ਫੈਕਟਰੀ ਆ ਮੇਰੇ ਘਰ ਦੀ ਫੈਕਟਰੀ ਆ ਮੇਰੇ ਦੇਸ਼ ਦੀ ਫੈਕਟਰੀ ਆ ਜੋ ਕਮਾਈ ਨੰਬਰ 2 ਮੇਰੇ ਦੇਸ਼ ਦੇ ਕਿਸਾਨ ਜਿਹੜੇ ਹੈਗੇ ਆ ਇਹਦੇ ਨਾਲ ਲੱਗੇ ਸੋਨਾ ਲੀਕਾ ਦੇ ਨਾਲ ਆਪਣੇ ਆਪ ਨੂੰ ਉੱਪਰ ਚੁੱਕ ਸਕਦੇ ਆ ਕਿਉਂਕਿ ਦੇਖੋ ਤੇਲ ਦੀ ਅੱਜ ਕੱਲ ਤੇਲ ਬੜਾ ਮਹਿੰਗਾ ਹੋ ਗਿਆ ਆ ਤੇਲ ਦੇ ਵਿੱਚੋਂ ਤੁਹਾਨੂੰ ਕਾਫੀ ਫਾਇਦਾ ਹੋ ਜਾਂਦਾ ਆ ਅ ਤੇ ਅਸੀਂ ਗੱਲਬਾਤ ਕਰ ਰਹੇ ਸਾਂ ਸardar amarjeet singh ਹੁਣੀ ਪਿੰਡ ਪਧਿਆਣਾ ਦੇ ਵਸਨੀਕ ਜਿਨ੍ਹਾਂ ਦਾ ਸੋਨਾ ਲੀਕਾ ਦੇ ਨਾਲ ਜਿਹੜਾ ਇਸ਼ਕ ਹੈ ਸੋਨਾ ਲੀਕਾ ਦੇ ਨਾਲ ਜਿਹੜੀ ਇਹਨਾਂ ਦੀ ਮੁਹੱਬਤ ਹੈ ਉਹ ਤੁਹਾਨੂੰ ਉਹਨਾਂ ਨੇ ਦੱਸੀ ਹੈ ਕਿ ਕਿਵੇਂ ਇਹਨਾਂ ਦਾ ਜਿਹੜਾ ਪਿਆਰ ਪਿਆ ਸੋਨਾ ਲੀਕਾ ਦੇ ਨਾਲ ਔਰ ਇਹਨਾਂ ਟਰੈਕਟਰ ਦੇ ਨਾਲ ਜੁੜ ਕੇ ਇਸ ਕੰਪਨੀ ਦੇ ਨਾਲ ਜੁੜ ਕੇ ਇਹਨਾਂ ਦਾ ਕਿਵੇਂ ਆਰਥਿਕ ਤੌਰ ਤੇ ਔਰ ਕਿਸਾਨੀ ਦੇ ਪੱਖੋਂ ਕਿਵੇਂ ਇਹਨਾਂ ਨੂੰ ਫਾਇਦਾ ਹੋਇਆਗਾ ਸੋ ਅਗਲੇ ਦਿਨਾਂ ਦੇ ਵਿੱਚ ਫਿਰ ਕਿਸੇ ਅਸੀਂ ਹੋਰ ਅਜਿਹੇ ਕਿਸਾਨ ਦੇ ਨਾਲ ਤੁਹਾਨੂੰ ਮਿਲਾਵਾਂਗੇ ਉਹਨਾਂ ਦੀ ਖੇਤੀਬਾੜੀ ਤੋਂ ਜਾਣੂ ਕਰਾਵਾਂਗੇ ਉਹਨਾਂ ਦੇ ਖੇਤੀਬਾੜੀ ਦੀਆਂ ਜਿਹੜੀਆਂ ਨਵੀਆਂ ਤਕਨੀ ਜਿਹੜੇ ਹੋਰ ਸੰਤ ਹੈਗੇ ਉਹਨਾਂ ਦੇ ਨਾਲ ਕਿਵੇਂ ਉਹਨਾਂ ਦੀ ਮੁਹੱਬਤ ਹੈ ਕਿਵੇਂ ਉਹਨਾਂ ਦਾ ਇਸ਼ਕ ਹੈ ਉਸ ਬਾਰੇ ਵੀ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇਨਾ ਹੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਨੇ ਜੋ ਕਿ ਇਹ 9319592969 ਇਸ ਉਤੇ ਮਿਸਡ ਕਾਲ ਕਰਨੀ ਜਾਂ ਵਟਸਐਪ ਕਰਨਾ ਨਾ ਭੁੱਲਿਓ ਕਿਉਂਕਿ ਅਗਲੇ ਹਫਤੇ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਸਬਜ਼ੀਆਂ ਦੀ ਕਾਸ਼ਤ ਨਾਲ ਜੁੜਿਆ ਤੇ ਇਸ ਮੁਤਲਕ ਜੋ ਵੀ ਤੁਹਾਡੇ ਮਨ ਵਿੱਚ ਸਵਾਲ ਨੇ वो तुम पूछ सकते हो साड़ी सामे न संपर्क करेगी तो इस विषय जुड़े अपने सवाल जरूर पूछना ना क्योंकि अगले हफ्ते अभी मुड़ ल हाज़र किसान सोनालील्पलाइन शो सीजन टू जिसद पेशकर ने सोनाली सिकंदर एसोसीएट स्पोंसर ने ई एस एस ग्लोबल दियो इजाज़त रब रखा